ਦੀ ਪਹੁੰਚੇ ਕੋਈ ਕੋਈ ਆਖੋ ਸਤਨਾਮ ਸ੍ਰੀ ਵਾਹਿਗੁਰੂ। ਚੱਲਣ ਵਾਲਿਆਂ ਦੀ ਕਮੀ ਕੋਈ ਨਹੀਂ ਆ। ਅੱਜ ਵੀ ਬਹੁਤ ਲੋਕ ਚੱਲਦੇ ਨੇ। ਕਬੀਰ ਸਾਹਿਬ ਦੱਸਦੇ ਨਾ, ਕਬੀਰ ਸਿੱਖ ਸਾਖਾ ਬਹੁਤੇ ਕੀ ਏ, ਕੇਸੋ ਕੀਓ ਨਾ ਮੀਤ, ਚਾਲੇ ਤੇ ਹਰ ਮਿਲਨ ਕਹੋ, ਵਿੱਚ ਅਟਕਿਓ ਚੀਤ। ਤੇ ਵਿਚਕਾਰ ਹੀ ਚਿੱਤ ਫਸ ਕੇ ਰਹਿ ਗਿਆ। ਤੇ ਉਹ ਕਿਉਂ ਫਸਦਾ ਹੈ? ਕਿਉਂਕਿ ਗੁਰਮੁਖੋ ਅੰਦਰ ਮੈਂ ਦਾ ਬਾਜਾ ਵੱਜਣਾ ਸ਼ੁਰੂ ਹੋ ਜਾਂਦਾ। ਇਸ ਸੰਸਾਰ ਦੇ ਵਿੱਚ ਅਸੀਂ ਹਉਮੈ ਨੂੰ ਖਤਮ ਕਰਨ ਲਈ ਆਏ ਹਾਂ। ਹਉਮੈ ਕਰਕੇ ਹੀ ਸਾਡਾ ਜਨਮ ਮਰਨ ਹੈ। ਹੰਕਾਰ ਕਰਕੇ ਹੀ ਅਸੀਂ ਵਾਰੀ ਵਾਰੀ ਜੰਮਦੇ ਮਰਦੇ ਹਾਂ। ਔਰ ਜਿਸ ਦਿਨ ਇਹ ਹਉਮੈ ਖਤਮ ਹੋ ਗਈ, ਅਸੀਂ ਮੁਕਤ ਹੋ ਜਾਵਾਂਗੇ। ਅਤੇ ਹਉਮੈ ਮੁਕਤ ਕਿਵੇਂ ਹੋਈਦਾ ਹੈ? ਗੁਰੂ ਦਾ ਦਿੱਤਾ ਮੰਤਰ ਹੀ ਹਉਮੈ ਤੋਂ ਛੁਡਾਉਂਦਾ ਹੈ। ਤੋ ਆਓ, ਅੱਜ ਦਾ ਜਿਹੜਾ ਪਾਵਨ ਪਵਿੱਤਰ ਇਤਿਹਾਸ ਹੈ, ਕਿਵੇਂ ਸ਼੍ਰੀ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ, ਜਿਨ੍ਹਾਂ ਦਾ ਮਹਾਨ ਜਸ ਹੈ ਅੱਠਵੇਂ ਮਹਿਲ ਸ਼੍ਰੀ ਹਰਿਕ੍ਰਿਸ਼ਨ ਜੀ, ਬਹੁਤ ਬੇਅੰਤ ਵੱਡੀਆਂ ਵਡਿਆਈਆਂ ਜਿਨ੍ਹਾਂ ਕੋਲ ਸਨ, ਜਿਨ ਮਿਹਨਤ ਬਹੁਤ ਘਾਲੀ, ਬੜੀ ਮਿਹਨਤ ਘਾਲਣਾ ਘਾਲੀ, ਜਿਹੜਾ ਭੀ ਚੱਲ ਕੇ ਆਇਆ ਉਸ ਨੂੰ ਅਰੋਗੀ ਰੋਗ ਰਹਿਤ ਕਰਕੇ ਪਰਮੇਸ਼ਰ ਦੇ ਚਰਨਾਂ ਨਾਲ ਮਿਲਾਇਆ। ਭਾਵੇਂ ਉਹ ਅੰਦਰ ਦਾ ਰੋਗ ਸੀ ਅਤੇ ਭਾਵੇਂ ਉਹ ਬਾਹਰ ਦਾ ਰੋਗ ਸੀ, ਕਿਉਂਕਿ ਤੁਸੀਂ ਜਿਸ ਗੁਰੂ ਦੇ ਇਤਿਹਾਸ ਨੂੰ ਸੁਣਨ ਬੈਠੇ ਹੋ ਭਾਗਾਂ ਵਾਲਿਓ, ਇਹ ਉਹ ਗੁਰੂ ਦਾ ਇਤਿਹਾਸ ਹੈ ਜਿਹੜਾ ਵਿਛੜਿਆਂ ਨੂੰ ਮਿਲਾ ਦਿੰਦਾ। ਅਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਦਾ ਇਤਿਹਾਸ ਗਵਾਹੀਆਂ ਭਰਦਾ ਵੀ ਜਿਹੜਾ ਵੀ ਮਹਾਰਾਜ ਕੋਲ ਚੱਲ ਕੇ ਆਇਆ, ਭਾਵੇਂ ਉਹ ਅੰਦਰੋਂ ਰੋਗੀ ਸੀ ਅਤੇ ਭਾਵੇਂ ਬਾਹਰੋਂ ਰੋਗੀ ਸੀ, ਮੇਰੇ ਪੂਰੇ ਸਤਿਗੁਰ ਨੇ ਉਹਦੇ ਰੋਗ ਖਤਮ ਕੀਤੇ ਅਤੇ ਉਹਨੂੰ ਨਿਰੰਕਾਰ ਦੇ ਨਾਲ ਮਿਲਾਇਆ। ਸਤਿਗੁਰ ਦੀ ਸਿਫਤ ਦੇ ਵਿੱਚ ਬੜਾ ਪਿਆਰਾ ਬਚਨ, ਸਤਿਗੁਰਾ ਤੁਮਰੇ ਦਾਦੇ ਕੀ ਗਊ ਜੀਵਤੀ ਹੋਈ, ਯੁੱਗ ਪਲਟਿਆ ਭਿਆ ਸਮੁੰਦਰ, ਫਕਰਾਂ ਦਾ ਘਰ ਭਾਰੀ। ਇੱਥੇ ਵੱਡੇ ਵੱਡੇ ਫਕਰ ਹੋਏ, ਕਿਉਂਕਿ ਤੁਹਾਡੇ ਦਾਦਾ ਜੀ ਧੰਨ ਸਾਹਿਬ ਸ਼੍ਰੀ ਗੁਰੂ ਸਾਹਿਬ ਮਹਾਰਾਜ ਜੀ, ਧੰਨ ਗੁਰੂ ਹਰਿ ਸਾਹਿਬ ਦੇ ਪਿਤਾ ਬਾਬਾ ਗੁਰਦਿੱਤਾ ਜੀ, ਜਿਨ੍ਹਾਂ ਨੇ ਮਰੀ ਹੋਈ ਗਾਂ ਜਿਉਂਦੀ ਕੀਤੀ। ਧੰਨ ਬਾਬਾ ਅਟਲ ਜੀ, ਮਰਿਆ ਹੋਇਆ ਲੜਕਾ ਜਿਉਂਦਾ ਕੀਤਾ। ਇਹ ਉਸ ਸੋਢੀ ਕੁਲ ਦੇ ਮਹਾਨ ਦੀਪਕ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਨੇ। ਸਹਿ ਸਤਿਗੁਰਾਂ ਦੇ ਪਾਵਨ ਚਰਨਾਂ 'ਚ ਬੈਠੇ ਆਓ, ਸਮੇਂ ਦੀ ਨਜ਼ਾਕਤ ਨੂੰ ਸਮਝੀਏ ਅਤੇ ਬੜੀ ਭਾਵਨਾ ਨਾਲ ਮਹਾਰਾਜ ਜੀ ਦਾ ਇਤਿਹਾਸ ਸੁਣੋ। ਇਹ ਜਿਹੜਾ ਪ੍ਰਸੰਗ ਅਸੀਂ ਸ਼ੁਰੂ ਕਰਨ ਲੱਗੇ ਹਾਂ, ਨਵਾਂ ਪ੍ਰਸੰਗ ਹੈ, 38 ਨੰਬਰ ਪ੍ਰਸੰਗ ਹੈ। ਅਤੇ ਇਹਦੇ ਵਿੱਚ ਪੰਜੋਖੜੇ ਦੀ ਧਰਤੀ ਦੇ ਉੱਤੇ ਇੱਕ ਬ੍ਰਾਹਮਣ ਨਾਲ ਮੇਲ ਹੁੰਦਾ ਜਿਹਨੂੰ ਹੰਕਾਰ ਬਹੁਤ ਸੀ ਅਤੇ ਹੰਕਾਰ ਦੇ ਨਾਲ ਗਿਆਨ ਵੀ ਬਹੁਤ ਸੀ, ਅਤੇ ਕਿਵੇਂ ਮਹਾਰਾਜ ਜੀ ਉਸ ਦਾ ਉਧਾਰ ਕਰਦੇ ਹਨ। ਆਓ, ਉਸ ਲਾਲ ਚੰਦ ਪੰਡਿਤ ਦੀ ਇਹ ਪਾਵਨ ਪਵਿੱਤਰ, ਜੋ ਗੁਰੂ ਮਹਾਰਾਜ ਜੀ ਨੇ ਮੁਕਤੀ ਕੀਤੀ, ਉਹਨੂੰ ਜਨਮ ਮਰਨ ਦੇ ਬੰਧਨ ਤੋਂ ਆਜ਼ਾਦ ਕੀਤਾ, ਆਓ ਬੜੇ ਭਾਵਨਾ ਦੇ ਨਾਲ ਗੁਰੂ ਕੀ ਸਾਖੀ ਨੂੰ ਸਰਵਣ ਕਰੀਏ। ਅਦਬ ਸਹਿਤ ਫਤਿਹ ਬੁਲਾਓ, ਗੁਰੂ ਚਰਨਾਂ ਨੂੰ ਨਮਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸਕਲ ਬਿਤਾਈ ਜਾਮਨੀ ਭਈ ਪੁਨਹ ਪ੍ਰਭਾਤ। ਕਿਉਂਕਿ ਆਪ ਜੀ ਰੋਜ਼ਾਨਾ ਨੇਮੀ ਹੋ, ਕਿਉਂਕਿ ਬਹੁਤ ਬੇਅੰਤ ਸੰਗਤਾਂ ਟੀਵੀ ਦੇ ਮਾਧਿਅਮ ਰਾਹੀਂ ਜਾਂ ਫੋਨ ਦੇ ਮਾਧਿਅਮ ਰਾਹੀਂ ਗੁਰੂ ਸਾਹਿਬ ਦੇ ਚਰਨਾਂ ਨਾਲ ਇਸ ਵਕਤ ਰੋਜ਼ਾਨਾ ਜੁੜਦੀਆਂ, ਭਾਵੇਂ ਉਹ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਬੈਠੀਆਂ ਹੋਣ ਸੰਗਤਾਂ। ਕੱਲ੍ਹ ਆਪ ਜੀ ਨੇ ਸਰਵਣ ਕੀਤਾ ਕਿ ਸੱਚੇ ਪਾਤਸ਼ਾਹ ਦਿੱਲੀ ਜਾ ਰਹੇ ਹੈ, ਜਦੋਂ ਸ਼੍ਰੀ ਕੀਰਤਪੁਰ ਸਾਹਿਬ ਜੀ ਦਾ ਪਾਵਨ ਪਵਿੱਤਰ ਅਸਲ ਨਾਮ ਗੁਰਕੀਰਤਪੁਰ ਸਾਹਿਬ ਹੈ, ਗੁਰਕੀਰਤਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਚੱਲਦੇ ਚੱਲਦੇ ਜੋ ਮੌਜੂਦਾ ਹੁਣ ਹਰਿਆਣਾ ਅੰਬਾਲੇ ਨੂੰ ਪਾਰ ਕਰਦੇ ਇੱਕ ਪੰਜੋਖਰਾ ਨਾਮ ਦਾ ਨਗਰ ਆਉਂਦਾ, ਪਾਤਸ਼ਾਹ ਇੱਥੇ ਰੁਕਦੇ ਹਨ, ਬਾਹਰੋਂ ਆਈਆਂ ਸੰਗਤਾਂ ਨੂੰ ਦਰਸ਼ਨ ਦਿੰਦੇ ਹਨ ਅਤੇ ਸੰਗਤਾਂ ਨੂੰ ਕਹਿ ਦਿੰਦੇ ਹਨ ਵੀ ਹੁਣ ਅਸੀਂ ਇਕੱਲਿਆਂ ਅੱਗੇ ਜਾਣਾ, ਕਿਉਂਕਿ ਸੰਗਤਾਂ ਦਾ ਮਨ ਕਰਦਾ ਵੀ ਮਹਾਰਾਜ ਦੇ ਚਰਨਾਂ ਦੀ ਰੱਜ ਮਿਲ ਜੇ, ਮਹਾਰਾਜ ਦੇ ਚਰਨਾਂ ਦੀ ਧੂੜੀ ਮਿਲ ਜੇ। ਸਤਿਗੁਰੂ ਸੰਗਤਾਂ ਨੂੰ ਕਿਰਤਾਰਥ ਕਰਦੇ ਹਨ, ਭਲਿਓ ਆਸਮਾਨ ਦੇ ਤਾਰਿਆਂ ਦੀ ਗਿਣਤੀ ਹੋ ਸਕਦੀ ਹੈ, ਗਿਣੇ ਜਾ ਸਕਦੇ ਨੇ ਅਸਮਾਨ ਦੇ ਤਾਰੇ, ਪਰ ਨਹੀਂ ਗਿਣੇ ਜਾ ਸਕਦੇ ਜਿਹੜੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਤਾਰੇ। ਆਖੋ ਸਤਨਾਮ ਵਾਹਿਗੁਰੂ। ਐਵੇਂ ਨਹੀਂ ਕਲਗੀਆਂ ਵਾਲੇ ਦੀ ਕਲਮ ਨੇ ਲਿਖਿਆ, ਸਤਿਗੁਰ ਦੀ ਮਹਾਨ ਸਿਫਤ ਦੇ ਵਿੱਚ ਪਾਤਸ਼ਾਹ ਜੀ ਲਿਖਦੇ ਨੇ ਕਿ
श्री हर कृष्ण ते आई, 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 जिस डिठे सब दुख जाए, 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 श्री हर कृष्ण ते आइए, श्री हर कृष्ण ते आइए, कृष्ण ते आइए, श्री हर कृष्ण ते आइए। प्यारे हो, ये आम नाम नहीं, ये खास नाम है, और जेड़ा इस खास नाम नू सुनदा ते जपदा ना, इस नाम दी बदौलत जमदूत भी छड़ के चले जांदे। आखो सतनाम, ऐसा नाम है पातशाह गुरु हरकृष्ण महाराज दा। सतगुरु जी हुण विराजे ने, संगता विदा कीतियां, महाराज रात हो गई है, ते गुरु साहब अपने पलंग दे उत्ते आराम अवस्था विच आ गए। दुनिया जान की जान सकती है, गुरु कदे सौंदा नहीं है, सतगुर जागता है, देओ भूली मालनी है, एओ ए तां साडियां नजरां च ने कि गुरु जी सौं गए, गुरु जी उठ गए, पर सतगुरु नहीं सौंदे, वह तां जागृत अवस्था विच विचरदे हन। प्यारे आओ लो अगे सुनो, कहिंदे सकल बताई जामनी, जदों सारी रात बतीत होगी, सारी रात बतीत होगी, भई पुनः प्रभात सवेर होई, ते सवेर दा जेड़ा समा महाराज सिमरन करदे सी, सवेर दा समा किसे नूं नहीं सी दिंदे, आसा दी वार दे विच महाराज जदों समाप्ति होनी गुरु साहब पहुँचदे सी, ते अमृत वेले जे मैं गल करां ना श्री गुरु कीरतपुर साहब दी धरती, जदों गद्दी दे उत्ते गुरु हरि साहब महाराज विराजमान ने, महाराज दे वड्डे भ्राता बाबा राम राय साहब, बाबा राम राय साहब ते गुरु हरकृष्ण महाराज जी, उस वक्त गुरु हरकृष्ण जी की आयु बहुत छोटी है, पर फिर भी आसा दी वार दा कीर्तन रल के अपने भरा दे नाल करदे ने। आखो सतनाम वाहिगुरु, रल के अपने भरा दे नाल आसा की वार लाउंदे ने मुखी सिखां दे नाल। गुरमुखो, धन बाबा गुरदित्ता साहब जी, जिन्हां दीआं महान बरकतां इस परिवार ते ने, सतगुरु महाराज जी दे फरजंद बेदी कुलदीप, वड्डे सतगुरु गुरु नानक देव महाराज जी, तिना दे महान श्रोमणी गुरु घर दे महान सेवक बाबा श्री चंद जी, जिन्हां ने बेअंत कृपा कीती होई है, गुरु घर दे महान प्रचारक रहे, और बाबा गुरदित्ता जी पहले उदासी प्रचारक बने, उदासी संपर्दा जिहड़ी चली ना बाबा श्री चंद जी दी, इहदे पहले प्रचारक बाबा गुरदित्ता साहब होए। आखो सतनाम, उन्हां दे पोतरे सतगुरु गुरु हरकृष्ण जी महाराज, जिन्हां दीआं वड्डियां वड्याईआं, कहिंदे जदों रात बतीत होई सवेर होई, उठ के अकाल पुरख दा सिमरन करन वास्ते इशनान करदे हन, ते फिर परमात्मा दे नाल ध्यान लाउंदे ने, फिर मन विच है वी अज संगत दे विच जिहड़ा दीवान है ना दोपहर वाला, ओह नहीं लावांगे, जल्दी आपां दिल्ली वल जावांगे जी। चाहो पए तज पंजोखरे ग्राम मसंदो, जेड़ा पंजोखरा नगर वै, इत्थे सतगुरु जी ने मुखी मसंद, देखो मसंद शब्द कोई माड़ा शब्द नहीं, पर उन्हां दे काम ही इन्ने माड़े हो गए सन कि लोग अज मसंद शब्द कहण तो नफरत करते हैं। जे किसे नूं अज कोई कह दो ना भी गाल देनी होवे ते मसंद कह दिओ, पर असल शब्द ए मसनद, असल लफज है मसनद, गद्दी ला के बैठण वाला, ते ए मसंद प्रथा महाराज वड्डे सतगुरां शुरू कीती, धन गुरु अमरदास सच्ची सरकार ने, किन्ने उत्थे मसंद थापे ते मंजियां थापियां, गुरु महाराज जी ने यह प्रथा आरंभ कीती सी, ते ए प्रथा दसवें पातशाह तक चलती रही, दसवें पातशाह तक चलती रही ये प्रथा, महाराज ने फिर बाद विच सरबत संगत एक कर दिती, मुखी सिखा नूं हुक्म कर दिता, सरबत संगत एक होई। सतगुरु गुरु हरकृष्ण साहब दे समय मसंद जेड़े सन मुखी मसंदों नाल रहिंदे सन,
सतगुरु जी ने मसंदा नूं कहा भी तुसीं मसंद मतलब दूजे शब्दों विच प्रचारक कह लो, दूजे शब्दों विच प्रचारक। जे तुसीं सतगुरां दा इतिहास पढ़ के देखो गुरु जी ने अपने गुरु घर के प्रचारकों किवें संभिया, तो अज साडी कौम की त्रासगी है, साडी कौम के कथावाचक प्रचारक रागी ग्रंथी पाठी जिन्हां दी असीं सार नहीं लेंदे, जायज नजायज ढंग दे नाल अपने बच्चियां नूं तां खड़ाउंदे आ, अपने बने बनाए मकानां नूं ढा ढा के नवें मकान बनाउंदे आ, पर कदे सोचदे नहीं साडे पिंड दा जिहड़ा गुरद्वारा है, साडे महल्ले दा जिहड़ा गुरद्वारा है बड़ा सोहना ते पक्का बन गया है, इस विच रहण वाला ग्रंथी पाठी रागी प्रचारक कथावाचक ढाडी जिहड़ा है उस दी जिहड़ी आर्थिक हालात किवें दी है। प्यारियो ये कौम दे हिस्से सेवा आई है, दसवें पातशाह जो कवियां च बैठते सी, खिमा करना एक बचन आपना सांझा करना, पातशाह भर भर के ढाला सोने दियां मोहरां दियां ढाला भर के अपने कवियां नूं दिंदे सी। कवि ने सवाल किया महाराज तेरे तो बाद सानू कौन नवाजेगा, साइया तू इन्ना माण करदा है, एक कवि नूं तां हाथी दे दिता खुश होके, सारे खुश भी कवि नूं हाथी मिल गया, वह कहण लग्या तुसी खुश हो मैनू पुछ के देखो मैं तां अंदर ते बड़ा दुखी है। वह कहिंदे दुखी क्यों भरावा तैनू तां गुरु जी ने हाथी दिता, कहिंदा जिन्ना साडे सारे टब्बर ने खाणा उत्थे कल्ले हाथी ने खाणा, मैं कित्थों खड़ावांगा, पहला हाथी दिता महाराज ने। फिर बचन होया कि महाराज भी मैं इहनू कित्थों खड़ावांगा, सतगुरु को गल पहुंची, महाराज ने कोल बुलाया कहा खोल पल्ला बिछा चादर, प्यारियो सोने दियां मोरां दी इक ढाल भर के उहदे चादर दे विच पा दित्ती, आखो सतनाम वाहे, सोने दियां मोरां। और अजीत अखबार च पिछे जे 5 साल पहला एक मोर दी जिहड़ी कीमत है वह 30-31 हज़ार रुपया सी, एक मोर दी जिहड़ी कीमत वड्डी, तुसीं देखो सतगुरु जी ने इन्नियां मोहरां दित्तियां नवाज दे पातशाह, तुसीं तां इन्ना नवाज दे हो अपनी कौम दे प्रचारकां नूं, महाराज थोड़े तो बाद। सतगुरु ने फिर ऐदा संगत बैठी सी हथ करके कहा भी मेरे तो बाद आ संगत नवाजिया करेगी, आखो सतनाम वाह, ये थोड़ी ड्यूटी ला के गए हैं सतगुरु, संगतां दी सेवा ड्यूटी ला के गए हैं महाराज, भी अपने कौम दे प्रचारकां दा ख्याल रखना। पातशाह जी माण सन्मान दे के हुण इन्हां मसंदां नूं इत्थे छड के चले है, ते समझाणा कीता मेरे पातशाह ने कि जिहड़ी संगत आवे इत्थे उपदेश देना है जी, अटकै संगत यहां बिलंदो, इत्थे जिहड़ी संगत आवे वह इत्थे ही रुके, अगे ना आउण दी खेचल करे, उन्हां नूं इत्थे ही रोकना है जी, गुर को बाक सुनावै सराउना, तुसीं अपने मुख तो साडा यह बचन सुनाउणा कि साडी आग्या है, साडे पिछे किसे ने नहीं आउणा। कल बहुत ही सत्कारयोग सन्मानयोग सिख कौम दी महानाज हस्ती सिंह साहब ज्ञानी जी ने आप जी दे नाल महान गुरु जी दे इतिहास नूं सुणाउंदिआं सतगुरु जी दे हत्थीं बनाया वह थड़ा जिहड़ा पंजोखरे दी धरती दे उत्ते है, बहुत ही सन्माने बलवीरे गुरु के प्यारिआं भाई सुखदेव सिंह जी जिन्हां ने आप जी दे नाल सांझ पा के दस्सिआ कि किवें गुरु जी ने कहा भी जे अरदास करनी है तो इस थड़े ते आके अरदास करे उहदी अरदास पूरी होएगी, उही गल्लां कह के इस मसंद नूं समझाया है कि जो संगत आवे उस नूं इत्थे अरदास करन लई आखणा ते साडे पिछे ना आवे, तुसीं साडी इह आग्या इस प्रकार सुनाउणी है जी, आगे गमन करहे नह कौन, हुण अग्गे तुसीं कोई गमन ना करियो, तुसीं इत्थे ही रुकना। ਇਹ ਗੱਲ ਕਿਹਨੂੰ ਸਮਝਾ ਰਹੇ ਮਹਾਰਾਜ ਗੁਰੂ ਹਰਿਕ੍ਰਿਸ਼ਨ ਜੀ ਮਸੰਦਾਂ ਨੂੰ, ਤੁਸੀਂ ਆਪ ਰੋਕਣਾ ਅਤੇ ਸੰਗਤ ਨੂੰ ਰੋਕਣਾ, ਅਸੀਂ ਮੁਖੀ ਸਿੱਖਾਂ ਨੂੰ ਲੈ ਕੇ ਅੱਗੇ ਜਾਵਾਂਗੇ। ਪਿਆਰਿਓ ਕਿੱਡਾ ਸੋਹਣਾ ਮਾਹੌਲ ਹੋਏਗਾ। ਕਵੀ ਸੰਤੋਖ ਸਿੰਘ ਚੂੜਾਮਣੀ ਲਿਖਦੇ ਕਹਿੰਦੇ ਸਾਵਰੀ ਸੂਰਤ ਮਾਧੁਰੀ ਮੂਰਤ ਪੂਰਨ ਕਾਮਨ ਸਿੱਖਣ ਕੀ, ਸੋਹਣੇ ਸੋਹਣੇ ਹੱਥ ਛੋਟੇ ਛੋਟੇ ਨਿੱਕਾ ਜਿਹਾ ਕੱਦ ਔਰ ਚਿਹਰੇ ਦਾ ਨੂਰ ਏਦਾਂ ਜਿਵੇਂ 100 ਸੂਰਜ ਵੀ ਫੇਲ ਪੈਂਦੇ ਹੋਣ, ਇੰਨਾ ਚਾਨਣਾ
ਇੰਨਾ ਗਦਗਦ ਕਰਦਾ ਮਹਾਰਾਜ ਜੀ ਦਾ ਮੁਖਾਰ ਬਿੰਦ ਔਰ ਸਾਹਿਬ ਜੀ ਦੇ ਹੱਥ ਦੇ ਵਿੱਚ ਸੱਜੇ ਹੱਥ ਦੇ ਵਿੱਚ ਫੜੀ ਹੋਈ ਇੱਕ ਛੋਟੀ ਜਿਹੀ ਛੜੀ ਜਿਹਨੂੰ ਕਦੇ ਸੱਜੇ ਫੜ ਲੈਂਦੇ ਹੈ ਅਤੇ ਕਦੇ ਖੱਬੇ ਫੜ ਲੈਂਦੇ ਹੈ ਅਤੇ ਕਦੇ ਪਾਲਕੀ ਦੇ ਉੱਤੇ ਬੈਠ ਜਾਂਦੇ ਕਦੇ ਕਿਸੇ ਗੁਰਸਿੱਖ ਦੀ ਗੋਦ 'ਚ ਜਾ ਕੇ ਬੈਠ ਜਾਂਦੇ ਐਸਾ ਅਨੁਭਵ ਐਸਾ ਨਜ਼ਾਰਾ ਜਿਹਨਾਂ ਦੇਖਿਆ ਮਾਣਿਆ ਧੰਨ ਨੇ ਉਹ ਰੂਹਾਂ ਸਾਹਿਬ ਜੀ ਕਹਿਣ ਲੱਗੇ ਵੀ ਹੁਣ ਅਸੀਂ ਸੰਗਤ 'ਚ ਬਹੁਤਾ ਸਮਾਂ ਨਹੀਂ ਦਿੱਲੀ ਦੀਆਂ ਸੰਗਤਾਂ ਸਾਨੂੰ ਉਡੀਕਦੀਆਂ ਤੁਸੀਂ ਇੱਥੇ ਸੰਗਤ ਨੂੰ ਰੋਕਣਾ ਹੈ ਜੀ ਇਸ ਥਲ ਦਰਸ਼ਨ ਕਰ ਹਟ ਜਾਏ ਇਹ ਥਲ ਤੇ ਆਉਣ ਦਰਸ਼ਨ ਕਰਨ ਅਰਦਾਸ ਕਰਨ ਭਾਵਨਾ ਪੂਰੀ ਹੋਵੇਗੀ ਤੇ ਆਪਣੇ ਘਰਾਂ ਨੂੰ ਚਲੇ ਜਾਣਾ ਜੀ ਇਮ ਸਤਿਗੁਰ ਕੀ ਆਹੈ ਰਜਾਏ ਮੇਰੀ ਇਹ ਰਜਾਏ ਹੈ ਸਾਰਿਆਂ ਨੂੰ ਮੇਰਾ ਵਾਕ ਸੁਣਾਉਣਾ ਤੁਹਾਡੀ ਇਹ ਬਾਖੂਬੀ ਸੇਵਾ ਡਿਊਟੀ ਹੈ ਇਉਂ ਸਾਹਿਬ ਫਰਮਾਉਂਦੇ ਹਨ ਜੀ ਇਮ ਸਿੱਖਨ ਸੋ ਕਹਿ ਗੁਰ ਚਾਲੇ ਇਉਂ ਆਪਣੇ ਮੁਖੀ ਸਿੱਖ ਮਸੰਦ ਸਿੱਖਾਂ ਨੂੰ ਕਹਿ ਕੇ ਸਤਿਗੁਰੂ ਜੀ ਅੱਗੇ ਵਾਲੇ ਪਾਸੇ ਚੱਲਣਾ ਕਰਦੇ ਹਨ ਜੀ ਸਯੰਦਨ ਪਰ ਆਰੂੜ ਸੁਖਾਲੇ ਔਰ ਆਪਣੇ ਰਥਾਂ ਦੇ ਉੱਤੇ ਜਿਹੜੇ ਕਿ ਬਹੁਤ ਸੁਖੈਨ ਹਨ ਜਿਹਦੇ ਵਿੱਚ ਸੁੱਖ ਸੁਵਿਧਾ ਦੇ ਸਾਧਨ ਨੇ ਉਹਨਾਂ ਦੇ ਉੱਤੇ ਸਤਿਗੁਰੂ ਜੀ ਅਰੂੜੇ ਹਨ ਚੜ੍ਹੇ ਹਨ ਵਿਰਾਜ ਕੇ ਸੰਗਤਾਂ ਨੂੰ ਇਉਂ ਅਸੀਸ ਦੇ ਕੇ ਚੱਲੇ ਹਨ ਜੀ ਬਲੀ ਤੁਰੰਗ ਸੰਗ ਜਿਸ ਲਾਗੇ ਉਹ ਐਸੇ ਰੱਥ ਨੇ ਜਿਨ੍ਹਾਂ ਤੇ ਮਹਾਰਾਜ ਚੜ੍ਹੇ ਨੇ ਜਿਨ੍ਹਾਂ ਦੇ ਘੋੜੇ ਬਹੁਤ ਬਲੀ ਨੇ ਜਿਨ੍ਹਾਂ ਦੇ ਘੋੜੇ ਜਿਹੜੇ ਰੱਥ ਦੇ ਨਾਲ ਜੋੜੇ ਹੋਏ ਆ ਨਾ ਬਹੁਤ ਜ਼ੋਰ ਤੇ ਬਲ ਰੱਖਣ ਵਾਲੇ ਹਨ ਜੀ ਗਤ ਚੰਚਲ ਜਨ ਚਲ ਹੈ ਭਾਗੇ ਘੋੜੇ ਦੇਖੋ ਕੈਸੇ ਲੱਗੇ ਨੇ ਮਹਾਰਾਜ ਜੀ ਦੇ ਰੱਥ ਦੇ ਨਾਲ ਇਹ ਮਹਾਰਾਜ ਦੀ ਸ਼ੋਭਾ ਹੀ ਹੈ ਕਵੀ ਲੋਕਾਂ ਦਾ ਆਪਣਾ ਅੰਦਾਜ਼ ਹੁੰਦਾ ਗੱਲ ਕਰਨ ਦਾ ਜਿਵੇਂ ਪ੍ਰਚਾਰਕ ਜਨ ਆਪਣੀ ਗੱਲ ਕਹਿੰਦੇ ਢੰਗ ਹੈ ਕਵੀਆਂ ਦਾ ਲਿਖਣ ਦਾ ਅੰਦਾਜ਼ ਹੁੰਦਾ ਮਹਿਮਾ ਲਿਖਦੇ ਮਹਾਰਾਜ ਦੇ ਉਸ ਰੱਥ ਨਾਲ ਲੱਗੇ ਘੋੜਿਆਂ ਦੀ ਕਹਿੰਦੇ ਜਦੋਂ ਚੱਲਦੇ ਆ ਨਾ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਰੱਥ ਨੂੰ ਲੱਗੇ ਘੋੜੇ ਇਉਂ ਲੱਗਦਾ ਜਿਵੇਂ ਦੌੜਦੇ ਹੋਣ ਆਖੋ ਸਤਨਾਮ ਹਵਾ ਦੇ ਵੇਗ ਨੂੰ ਚੀਰਦੇ ਜਾਂਦੇ ਹੋਣ ਇੰਨੀ ਤੇਜ਼ ਜਾਂਦੇ ਨੇ ਪਿਆਰਿਓ ਜਿਹੜੇ ਨਾਮ ਜਪਦੇ ਉਹਨਾਂ ਨੂੰ ਸਭ ਕੁਝ ਮਿਲਦਾ ਅੱਜ ਆਪਾਂ ਕਹਿੰਦੇ ਹਾਂ ਨਾ ਵੀ ਬਾਬਿਆਂ ਨੂੰ ਲੋਕ ਬਹੁਤ ਕੁਝ ਦਿੰਦੇ ਆ ਬਾਬੇ ਵਿਹਲੇ ਹੁੰਦੇ ਆ ਕਈ ਤਰ੍ਹਾਂ ਦੀਆਂ ਗੱਲਾਂ ਪਿਆਰਿਓ ਇੱਕ ਗੱਲ ਯਾਦ ਰੱਖਿਓ ਜੇ ਅਸਲ ਹੈ ਤਾਂਹੀਓ ਨਕਲ ਆਈ ਜੇ ਅਸਲ ਹੈ ਤਾਂਹੀਓ ਨਕਲ ਆਈ ਹੈ ਜੇ ਕੋਈ ਪੂਰਨ ਸੰਤ ਆਏ ਇਸ ਧਰਤੀ ਤੇ ਹੁਣ ਮੌਜੂਦ ਨੇ ਉਹਨਾਂ ਨੂੰ ਦੇਖ ਕੇ ਨਕਲੀ ਵੀ ਕਈ ਬਣੇ ਹੋਏ ਨੇ ਆਪਾਂ ਗੱਲ ਨਕਲੀਆਂ ਦੀ ਨਾ ਕਰੀਏ ਫੇਲ ਵਿਦਿਆਰਥੀਆਂ ਦੀ ਗੱਲ ਕੀ ਕਰਨੀ ਉਹ ਜਿਹੜੇ ਪਾਸ ਹੋ ਗਏ ਉਹਨਾਂ ਨੂੰ ਦੇਖੀਏ ਪਿਆਰਿਓ ਇਹ ਚੀਜ਼ਾਂ ਉਹਨਾਂ ਨੂੰ ਮਿਲਦੀਆਂ ਜਿਹੜੇ ਨਾਮ ਜਪਦੇ ਮਹਾਰਾਜ ਦੀ ਬਾਣੀ ਹੈ ਮਹਾਰਾਜ ਕਹਿੰਦੇ ਬਚਨ ਕਰਦੇ ਕਹਿੰਦੇ ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾ ਲੇ ਕਹਿੰਦੇ ਜਦੋਂ ਰਾਤ ਹੁੰਦੀ ਹੈ ਆਕਾਸ਼ ਦੇ ਵਿੱਚ ਤਾਰੇ ਟਿਮ ਟਮਾਉਂਦੇ ਹੈ ਰੂਹਾਂ ਨੂੰ ਸੱਦੇ ਆਉਂਦੇ ਪਰਮਾਤਮਾ ਵੱਲੋਂ ਵੀ ਉੱਠੋ ਉੱਠ ਕੇ ਨਾਮ ਜਪੋ ਅਤੇ ਕਈ ਉੱਠ ਜਾਂਦੇ ਕਈ ਸੁੱਤੇ ਰਹਿ ਜਾਂਦੇ ਆਖੋ ਸਤਨਾਮ ਅੱਖ ਸਭ ਦੀ ਉਹ ਖੁੱਲ੍ਹਦੀ ਹੈ ਔਰ ਜਿਹੜੇ ਸੁੱਤੇ ਰਹਿ ਜਾਂਦੇ ਉਹ ਖਾਲੀ ਰਹਿ ਜਾਂਦੇ ਜਿਹੜੇ ਜਾਗ ਜਾਂਦੇ ਉਹ ਪਾ ਲੈਂਦੇ ਮਹਾਰਾਜ ਕਹਿੰਦੇ ਜਦੋਂ ਉਹਨਾਂ ਨੂੰ ਸੱਦਾ ਪੈਂਦਾ ਉੱਠਦੇ ਨੇ ਜਦੋਂ ਫਿਰ ਉੱਠਦੇ ਨੇ ਖਸਮ ਦਾ ਨਾਮ ਲੈਂਦੇ ਨੇ ਮਿਲਦਾ ਕੀ ਹੈ ਖੇਮੇ ਸ਼ਤਰ ਸਰਾਇਚੇ ਸੋਹਣੇ ਸੋਹਣੇ ਬੈੱਡਰੂਮ ਸੋਹਣੇ ਸੋਹਣੇ ਗਲੀਚੇ ਜਿੱਥੇ ਬੈਠਣਾ ਸੋਹਣੀਆਂ ਸੋਹਣੀਆਂ ਚਾਦਰਾਂ ਵਿਛਦੀਆਂ ਉਹਨਾਂ ਲਈ ਕਹਿੰਦੇ ਦੀਸਣ ਰੱਥ ਪੀੜੇ ਤਿਆਰ ਬਰ ਤਿਆਰ ਰੱਥ ਘੋੜੇ ਜਿੰਨੀ ਤੇਰਾ ਨਾਮ ਤੇ ਆਇਆ ਜਿੰਨੀ ਤੇਰਾ ਨਾਮ ਤੇ ਆਇਆ ਜਿੰਨੀ ਤੇਰਾ ਜਿੰਨੀ ਤੇਰਾ ਨਾਮ ਤੇ ਆਇਆ 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 ਜਿੰਨੀ ਤੇਰਾ ਨਾਮ ਤਿੰਨ ਕੋ ਸੱਦ ਮਿਲੇ ਸੱਦ ਦਾ ਅਰਥ ਹੁੰਦਾ ਆਵਾਜ਼ ਮਾਰ ਕੇ ਵੀ ਆਹ ਤੂੰ ਅੰਮ੍ਰਿਤ ਵੇਲੇ ਜਾਗਦਾ ਪਿਆਰੇ ਆਹ ਲੈ ਫੜ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਲੱਭਣ ਦੀ ਲੋੜ ਨਹੀਂ ਜੇ ਤੁਹਾਡੇ ਬੱਚੇ ਜਪ ਜੀ ਨਾਲ ਜੁੜੇ ਹੋਏ ਹੈ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਲੱਭਣ ਲਈ ਦਰ ਦਰ ਜਾਣ ਦੀ ਲੋੜ ਨਹੀਂ ਜੇ ਤੁਹਾਡੇ ਬੱਚੇ ਸਹਿਜ ਪਾਠ ਨਾਲ ਜੁੜੇ ਹੈ ਗੁਰੂ ਘਰ ਦੀ ਸੇਵਾ ਨਾਲ ਜੁੜੇ ਹੈ ਉਹ ਤੁਸੀਂ ਲਾ ਕੇ ਤਾਂ ਦੇਖੋ ਭਾਗਾਂ ਵਾਲਿਓ ਆਵਾਜ਼ਾਂ ਮਾਰ ਮਾਰ ਕੇ ਗੱਦੀਆਂ ਤੁਹਾਡੇ ਧੀਆਂ ਪੁੱਤਰਾਂ ਨੂੰ ਮਿਲਣਗੀਆਂ
एक बार ला के देखियो ये पातशाह दे घोड़े की महिमा लिखते हुए बड़ी अद्भुत प्यारे जेडे नाम जपते चीजा उन्होंने मिलदिया महाराज की उम्र के बालक होर बड़े होणगे गुरु घर विच मसंद मुखी सिखां दे होणगे पर यह गद्दी बाबा राम राय साहब नूं नहीं मिली गुरु हरकृष्ण साहब जी नूं क्यों मिलती है क्योंकि प्यारे जिन्ना कोई योग्यता रखता उन्ना उन्होंने मिलता ही जाता है मिलता ही जाता है सानू लैना नहीं आता देन वाला तो बहुत कुछ देन नूं तैयार है बाबा आनंद सिंह जी का वचन है ऐ सिखा तेरे झुकण विच देरी है गुरु नानक दे बख्शण विच कोई देरी नहीं है तू झुक इत्थे बहुत खजाने ने कहिंदे पातशाह इउं सुंदर रथां ते सवार हो उस स्थान नूं छड चले हन जी अपर सुबट अर महा मसंदो कहिंदे होर जिहड़े सुभट ने ते उहनां दे नाल दे मसंद हन जी शस्त्र बस्त्र ते सुबद उतंग ओह वी बड़े सोहणे बाणे पाए आ सब दे शस्त्र बस्त्र धारण कीते होए आ और गुरु साहब की शोभा दे विच उन्हां दी भी महान शोभा जापदी है जी सतगुर के पाछे लग चाले ते सतगुरु जी अगे अगे ते ओ पिछे पिछे महाराज जी की महिमा करते जाते हैं जी दिन मह गम नह पंथ बिसाले सतगुरु की रूटीन रहिंदी सी भी महाराज ने अमृत वेले का दीवान गुरु घर च तीन दीवान लगते सी पहला अमृत वेले का दीवान ते दूसरा जेड़ा दीवान है जिन्हों आप तीहे पैर का दीवान कहने दोपहर का दीवान ते एक रह राज साहब का दीवान ये तीन दीवान गुरु साहब सजाते रहे हैं गुरु कीरतपुर साहब की धरती पहले दीवान दे विच दीन दयाल सच्चे पातशाह आसा दी वार च संगत नूं मिलदे उहदे च किसे संगत नाल कोई सवाल जवाब नहीं सी हुंदा संगत आउंदी सी महाराज बैठदे सी नमस्कार होणी संगतां दर्शन करने अमृत वेले का दीवान जेड़ा दूसरा दीवान होना उहदे विच संगतां दे सवाल जवाब संगतां ने महाराज तो जो मंगना उहदे विच गल्लां हुंदियां कोई राजनीतिक तौर ते आले दुआले की चलदा उहदियां विचारां होणियां जेड़ा शाम का दीवान हुंदा सी उह भी संगत का दीवान हुंदा सी गुरु साहब हुण दुपहर का दीवान नहीं सजाउंदे जे किसे नगर च रुकदे आ उत्थे सजा लैंदे आ पर इह सफर दे दौरान सवेरे चलदे ने ते फिर तेजी दे नाल अपने सफर नूं समाप्त करदे हन जी विवर कर है जामन को पाए जदों किते शाम हो जांदी है दीवान सजाउंदे आ उस तों बाद अपना डेरा ला के रात बतीत कर लैंदे हन जी खान पान कर का समुदाय सारियां संगतां जिथे रुकदियां उत्थे कीर्तन भी होना लंगर भी चलदे है खान पान दी व्यवस्था हुंदी सब छकदे हन जी सुख सो सुपत हनशा गुजार रात नूं सौ जांदे हन आराम दे नाल क्योंकि थके हुंदे ने दिन दे सारी रात सौंदे महाराज दी याद प्रेम विच और जद सवेर हुंदी है जी भई प्रात पुन पंथ संभाल रहे अमृत वेले दा दीवान सजण तों बाद नेम दी संभाल करन तों बाद गुरु साहब फेर चल पैंदे हन जी गम नह मार्ग इसी प्रकारे जो ए रूटीन रहिंदी है सच्चे पातशाह दे चलण दी इउं सच्चे पातशाह जी चलदे हन संगतां नूं वरसाउंदे जांदे हन तारदे जांदे हन आखो सतनाम वाहिगुरु गुरु साहब जिथे विराज जाते उत्थे ही सत संगत बन जाती जहां सतगुर तहां सतसंग बनाई जिथे बह गए उत्थे ही सतसंग उत्थे ही ज्ञान का झरना फुट पैंदा क्योंकि गुरु का प्रत्येक कर्म ज्ञान पूर्वक कर्म है ज्ञान देन वाला कर्म है गुरु का कोई निरार्थक कर्म गुरु नहीं करता असी संसारी लोग अपने सुवास निरार्थक कामों विच गवा लेंदे हां पर जिहड़े सतपुरश हुंदे हन ਉਹਦੇ ਵੱਲੋਂ ਵਰੋਸਾਏ ਹੁੰਦੇ ਹਨ ਉਹ ਭਾਵੇਂ ਕਿਸੇ ਵੀ ਧਰਮ ਦੇ ਹੋਣ ਤਾਂ ਇੱਥੇ ਧਰਮਾਂ ਦੀ ਵੀ ਗੱਲ ਨਹੀਂ ਉਹ ਕਿਸੇ ਵੀ ਧਰਮ ਦੇ ਹੋਣ ਭਾਵੇਂ ਹਿੰਦੂ ਭਾਵੇਂ ਜੈਨੀ ਕੋਈ ਇਸਲਾਮ ਮਤ ਨਾਲ ਸੰਬੰਧ ਰੱਖਦਾ ਹੋਵੇ ਕੋਈ ਕ੍ਰਿਸਚਨ ਹੋਵੇ ਜਿਹੜੇ ਉਹਦੇ ਕੋਲੋਂ ਵਰੋਸਾਏ ਹੁੰਦੇ ਉਹਨਾਂ ਦੇ ਕੰਮ ਦੁਨੀਆ ਨਾਲੋਂ ਅਲੱਗ ਹੁੰਦੇ ਉਹ ਨਿਰਾਰਥਕ ਕੰਮ ਨਹੀਂ ਕਰਦੇ ਉਹਨਾਂ ਦਾ ਪ੍ਰਤੇਕ ਕਰਮ ਦੁਨੀਆ ਨੂੰ ਸੁੱਖ ਤੇ ਗਿਆਨ ਪ੍ਰਦਾਨ ਕਰਨ ਵਾਲਾ ਹੁੰਦਾ ਹੈ ਕਹਿੰਦੇ ਇਸ ਤਰ੍ਹਾਂ ਮਹਾਰਾਜ ਦੀ ਰੂਟੀਨ ਹੈ ਸਤਿਗੁਰ ਜੀ ਆਪਣੀ ਸੰਗਤ ਦੇ ਨਾਲ ਚੱਲੇ ਜਾਂਦੇ ਹਨ ਜੀ ਗਮ ਨਹਿ ਮਾਰਗ ਇਸੀ ਪ੍ਰਕਾਰੇ ਇੱਕ ਨਗਰ ਤਬ ਆਏ ਅਗਾਰੇ ਜਦੋਂ ਮਹਾਰਾਜ ਚੱਲੇ ਜਾਂਦੇ ਹਨ ਅੱਗੇ ਇੱਕ ਪਿੰਡ ਆਉਂਦਾ ਹੈ
ਇਹ ਪੰਜੋਖਰਾ ਜਿਹੜਾ ਨਗਰੀ ਦੀ ਵਾਰਤਾ ਤੁਸੀਂ ਕੱਲ ਸੁਣੀ ਹੈ। ਕਹਿੰਦੇ ਜਦੋਂ ਮਹਾਰਾਜ ਅੱਗੇ ਪਹੁੰਚਦੇ ਹਨ, ਇੱਕ ਨਗਰ ਆਇਆ, ਪਾਤਸ਼ਾਹ ਜੀ ਨੇ ਦੇਖਿਆ ਵੀ ਸੰਗਤ ਕਾਫੀ ਦੇਰ ਦੀ ਤੁਰੀ ਹੈ, ਘੋੜੇ ਕਾਫੀ ਦੇਰ ਦੇ ਤੁਰੇ ਹਨ, ਤੇ ਸਤਿਗੁਰੂ ਉੱਥੇ ਰੁਕਣਾ ਕਰਦੇ ਹਨ ਜੀ। ਕਰਿਓ ਸਿਵਰਤ ਹੈ ਉੱਤਰ ਪਰੇ ਹਾਂ, ਵਾਹਨ ਪਾਏ ਜੀ ਨਖਰੇ ਹਾਂ। ਸਤਿਗੁਰੂ ਜੀ ਨੇ ਉੱਥੇ ਸੰਗਤ ਨੂੰ, ਸਿੱਖਾਂ ਮੁਖੀ ਮਸੰਦਾਂ ਨੂੰ ਹੁਕਮ ਕਰ ਦਿੱਤਾ ਵੀ ਇੱਥੇ ਡੇਰਾ ਲਾਵਾਂਗੇ, ਕਿਉਂਕਿ ਸਤਿਗੁਰ ਜਾਣਦੇ ਇੱਥੇ ਕਿਹਦਾ ਉਧਾਰ ਹੋਣਾ ਹੈ। ਆਖੋ ਸਤਨਾਮ ਵਾਹਿਗੁਰੂ। ਸਾਰੀ ਸੰਗਤ ਉਤਰ ਗਈ ਜਿਹੜੀ ਨਾਲ ਹੈ, ਮੁਖੀ ਸਿੱਖ ਨਾਲ ਹੈ, ਉਹਨਾਂ ਨੇ ਆਪਣੇ ਆਪਣੇ ਤੰਬੂ ਲਾਏ ਹਨ, ਮਹਾਰਾਜ ਵਾਸਤੇ ਸੁੰਦਰ ਆਸਣ ਲਾਏ ਹਨ ਜੀ। ਤਹਿ ਇੱਕ ਪੰਡਿਤ ਵਿਦਿਆ ਘਨੀ, ਸਤਿਗੁਰ ਨੇ ਡੇਰਾ ਕਰ ਲਿਆ ਤੇ ਸਿੱਖ ਆਲੇ ਦੁਆਲੇ ਫਿਰ ਰਹੇ ਨੇ, ਤੇ ਜਦੋਂ ਆਲੇ ਦੁਆਲੇ ਗੁਰੂ ਕੇ ਸਿੱਖ ਵਿਚਰ ਰਹੇ ਹੈ, ਉਹਨਾਂ ਦਾ ਮੇਲ ਇੱਕ ਪੰਡਿਤ ਦੇ ਨਾਲ ਹੁੰਦਾ ਹੈ ਜੀ। ਬੁੱਧੀ ਵੱਡ ਹੰਕਾਰ ਸੋ ਸਨੇ, ਜੋ ਬਹੁਤ ਬੁੱਧੀਮਾਨ ਹੈ। ਪਹਿਲੀ ਗੱਲ ਦੇਖੋ, ਜਿਹੜੀ ਬੰਦੇ 'ਚ ਸਿਫਤ ਉਹ ਕਹਿਣੀ ਚਾਹੀਦੀ ਹੈ। ਸਾਡਾ ਇਹ ਸੁਭਾਅ ਆ ਕਿ ਅਸੀਂ ਬੰਦੇ ਦੇ ਅਵਗਣ ਤਾਂ ਕਹਿ ਦਿੰਦੇ ਹਾਂ, ਉਹਦੇ ਗੁਣ ਨਹੀਂ ਕਹਿੰਦੇ। ਇਹ ਬਹੁਤ ਬੁੱਧੀਮਾਨ ਸੀ, ਬਹੁਤ ਬੁੱਧੀਮਾਨ ਸੀ, ਪਰ ਇਸ ਨੂੰ ਆਪਣੀ ਤੀਖਣ ਬੁੱਧ ਦਾ, ਲਤੀਫ ਬੁੱਧ ਦਾ ਇਹ ਹੰਕਾਰ ਸੀ ਵੀ ਮੇਰੇ ਕੋਲ ਅਕਲ ਬਹੁਤ ਹੈ। ਅਤੇ ਪਿਆਰੋ, ਇਹ ਨਹੀਂ ਹੁੰਦਾ ਵੀ ਮੈਨੂੰ ਗਿਆਨ ਜ਼ਿਆਦਾ ਅਤੇ ਅਕਲ ਜ਼ਿਆਦਾ। ਬਾਬਾ ਫਰੀਦ ਸਾਹਿਬ ਕਹਿੰਦੇ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ। ਜੇ ਤੂੰ ਬਰੀਕ ਅਕਲ ਦਾ ਮਾਲਕ ਵੈਂ, ਤੇਜ ਬੁੱਧੀ ਦਾ ਮਾਲਕ ਹੈ, ਫਿਰ ਕਿਸੇ ਦੇ ਅਵਗਣ ਨਾ ਫੋਲ, ਕਿਸੇ ਨੂੰ ਨੀਵਾਂ ਨਾ ਦਿਖਾ। ਜੇ ਤੂੰ ਵਾਕਈ ਅਕਲ ਵਾਲਾ ਨਾ, ਤੇਰਾ ਤੂੰ ਗਿਆਨੀ ਹੈ, ਜੇ ਤੂੰ ਪੰਡਿਤ ਹੈ, ਤੇ ਫਿਰ ਹੰਕਾਰੀ ਨਾ ਹੋ। ਪਰ ਇਹ ਜਿਹੜਾ ਪੰਡਿਤ ਸੀ, ਕਵੀ ਸਾਹਿਬ ਲਿਖਦੇ ਕਹਿੰਦੇ, ਇੱਕ ਤਾਂ ਗਿਆਨ ਬਹੁਤ ਸੀ ਇਸ ਨੂੰ, ਤੇ ਦੂਸਰਾ ਉਸ ਗਿਆਨ ਦਾ ਹੰਕਾਰ ਰੱਖਦਾ ਸੀ ਜੀ। ਇੱਕ ਤੋ ਵਿਦਿਆ ਕਹੋ ਮਤ ਭਾਰੇ, ਵਿਪਰ ਜਾਤ ਮਤ ਰਿਦੇ ਮਝਾਰੇ। ਇੱਕ ਤਾਂ ਬਹੁਤ ਪੜ੍ਹਾਈ ਕੀਤੀ ਹੋਈ ਸੀ ਉਹਨੇ। ਪਿਆਰਿਓ, ਗਿਆਨੀਆਂ ਦੇ ਬਸ ਰੱਬ ਨਹੀਂ। ਇੱਕ ਗੱਲ ਯਾਦ ਰੱਖਿਓ, ਗਿਆਨੀ ਸਹਾਇਤਾ ਕਰਦੇ ਉਹਦਾ ਮਾਰਗ ਦੱਸਣ ਲਈ, ਕੋਈ ਵਿਰਲੇ ਹੀ ਹੁੰਦੇ ਨੇ। ਉਹ ਨਾ ਕਿਸੇ ਗਿਆਨ ਦੇ ਬਸ ਵਿੱਚ ਆਉਂਦਾ, ਨਾ ਕਿਸੇ ਦਾਨੀ ਦੇ ਬਸ ਵਿੱਚ ਆਉਂਦਾ, ਅਤੇ ਜਿਹੜਾ ਬਹੁਤਾ ਰੋ ਰੋ ਕੇ ਦਿਖਾਵੇ ਉਹਦੇ ਬਸ ਵੀ ਨਹੀਂ ਆਉਂਦਾ, ਅਤੇ ਬਹੁਤੇ ਦਾਨ ਪੁੰਨ ਕਰ, ਉਹ ਤਾਂ ਪ੍ਰੇਮ ਦੇ ਬਸ ਵਿੱਚ ਆਉਂਦਾ। ਆਖੋ ਸਤਨਾਮ। ਕਵੀ ਸਾਹਿਬ ਬੜਾ ਪਿਆਰ ਨਾਲ ਉਹਦਾ ਜ਼ਿਕਰ ਕਰਦੇ, ਕਹਿੰਦੇ ਇੱਕ ਤਾਂ ਉਹਨੂੰ ਵਿੱਦਿਆ ਬਹੁਤ ਆਉਂਦੀ ਸੀ, ਵਿੱਦਿਆ ਦਾ ਹੰਕਾਰ ਵੀ, ਮੈਂ ਪੜ੍ਹਿਆ ਹੋਇਆ ਜ਼ਿਆਦਾ, ਅਤੇ ਦੂਸਰਾ ਹੰਕਾਰ ਸੀ ਕਿ ਮੈਂ ਜਾਤ ਦਾ ਬ੍ਰਾਹਮਣ ਹੈ। ਆਖੋ ਸਤਨਾਮ। ਇਹ ਚਾਰ ਜਾਤਾਂ ਮਨੂ ਦੇ ਅਨੁਸਾਰ ਨੇ, ਮਨੂ ਸਿਮਰਤੀ ਅਨੁਸਾਰ। ਅਸੀਂ ਮਨੂ ਸਿਮਰਤੀ ਦੇ ਪੁਜਾਰੀ ਨਹੀਂ, ਸਿੱਖ ਮਨੂ ਸਿਮਰਤੀ ਦਾ ਪੁਜਾਰੀ ਨਹੀਂ। ਔਰ ਜਿਹੜਾ ਵਿਅਕਤੀ ਜਾਤ ਪਾਤ ਦੀ ਪਰਖ ਕਰਦਾ ਵੀ ਆਹ ਸਿੱਖ ਦੀ ਜਾਤ ਕੀ ਹੈ, ਉਹ ਗੁਰੂ ਕਾ ਸਿੱਖ ਨਹੀਂ ਹੋ ਸਕਦਾ। ਭਲਿਓ, ਸਾਡੇ ਪਾਤਸ਼ਾਹ ਨੇ ਸਾਨੂੰ ਅਲੱਗ ਕੀਤਾ, ਇਹਨਾਂ ਚੀਜ਼ਾਂ 'ਚੋਂ ਅਲੱਗ ਹੋਣਾ ਹੈ, ਜਾਤਾਂ ਪਾਤਾਂ ਦੇ ਵਿੱਚ ਨਹੀਂ ਫਸਣਾ। ਉਹਨੂੰ ਜਾਤ ਦਾ ਹੰਕਾਰ ਸੀ, ਮੈਂ ਬ੍ਰਾਹਮਣ ਹੈ। ਮਨੂ ਜੀ ਆਪਣੇ ਗ੍ਰੰਥ ਵਿੱਚ ਲਿਖਦੇ ਨੇ ਕਿ ਜਦੋਂ ਪਰਮਾਤਮਾ ਨੇ ਦੁਨੀਆ ਬਣਾਈ, ਬ੍ਰਹਮਾ ਨੇ ਦੁਨੀਆ ਬਣਾਈ, ਬ੍ਰਹਮਾ ਦੇ ਮੂੰਹ ਤੋਂ ਬ੍ਰਾਹਮਣ ਪੈਦਾ ਹੋਇਆ, ਬ੍ਰਹਮਾ ਦੀਆਂ ਬਾਹਾਂ ਤੋਂ ਖੱਤਰੀ ਪੈਦਾ ਹੋਇਆ, ਬ੍ਰਹਮਾ ਦੇ ਪੇਟ ਪੱਟਾਂ ਤੋਂ ਵੈਸ਼ ਪੈਦਾ ਹੋਇਆ, ਅਤੇ ਬ੍ਰਹਮਾ ਦੇ ਪੈਰਾਂ ਤੋਂ ਸ਼ੂਦਰ ਪੈਦਾ ਹੋਇਆ। ਬ੍ਰਾਹਮਣ ਮੂੰਹ ਤੋਂ ਪੈਦਾ ਹੋਇਆ, ਇਸ ਲਈ ਉੱਚਾ। ਆ ਮੈਂ ਇੱਕ ਕਵੀ ਲਿਪ ਸੁਣ ਰਿਹਾ ਸੀ ਥੋੜ੍ਹੇ ਦਿਨ ਪਹਿਲਾਂ, ਹਿੰਦੂ ਪ੍ਰਚਾਰਕ ਵੀਰ ਦੀ। ਉਹ ਕਹਿੰਦਾ, ਸ਼ੂਦਰ ਵਿਅਕਤੀ ਜਿੰਨਾ ਮਰਜ਼ੀ ਚੰਗਾ ਹੋਵੇ ਪੂਜਣ ਯੋਗ ਨਹੀਂ, ਬ੍ਰਾਹਮਣ ਪੂਜਣ ਯੋਗ ਹੈ ਬਸ ਇਸ ਦੁਨੀਆ ਵਿੱਚ। ਪਰ ਗੁਰੂ ਨਾਨਕ ਦੇ ਘਰ ਦਾ ਇਹ ਫਲਸਫਾ ਨਹੀਂ। ਉਹ ਕਹਿੰਦੇ, ਚਾਰ ਤਰੀਕਿਆਂ ਨਾਲ ਦੁਨੀਆ ਪੈਦਾ ਹੋਈ, ਮੂੰਹ ਤੋਂ, ਬਾਹਾਂ ਤੋਂ, ਪੱਟਾਂ ਪੇਟ ਤੋਂ, ਔਰ ਪੈਰਾਂ ਤੋਂ। ਪਰ ਮੇਰੇ ਸ਼ਹਿਨਸ਼ਾਹ ਕਹਿੰਦੇ, ਨਹੀਂ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇੱਕ ਨੂਰ ਅਕਾਲ ਪੁਰਖ ਤੋਂ ਸਭ ਪੈਦਾ ਹੋਏ, ਇੱਕ ਬਾਪ ਦੀ ਔਲਾਦ ਅਸੀਂ ਸਾਰੇ, ਅਲੱਗ ਅਲੱਗ ਨਹੀਂ ਸਾਡਾ ਪੈਦਾ ਹੋਣ ਦਾ ਜਿਹੜਾ ਸਾਧਨ ਹੈ। ਤੋ ਹੁਣ ਇਹਦੇ ਮਨ 'ਚ ਸੀ ਵੀ ਮੈਂ ਬ੍ਰਹਮਾ ਦੇ ਮੂੰਹ ਤੋਂ ਪੈਦਾ ਹੋਇਆ ਹੋਇਆ,
ਵੀ ਮੈਂ ਸਭ ਨਾਲੋਂ ਉੱਚਾ। ਇੱਕ ਦੂਸਰਾ ਇਹਨੂੰ ਹੰਕਾਰ, ਇਹ ਬਹੁਤ ਮਨ ਵਿੱਚ ਧਾਰਿਆ ਹੈ ਜੀ। ਆਪਣੇ ਸਾਹਮਣੇ ਜਾਣੈ ਕਾਹੋ ਜੋ ਸਬਿਧ ਹੈ ਬਾਦ ਹੈ ਸੰਗਤਾ ਹੋ। ਕਹਿੰਦੇ ਆਪਣੇ ਬਰਾਬਰ ਨਹੀਂ ਸਮਝਦਾ ਕਿਸੇ ਨੂੰ, ਵੀ ਮੇਰੇ ਬਰਾਬਰ ਕੌਣ ਆ। ਪਿੱਛੇ ਜੇ ਵੀ ਇੱਕ ਪ੍ਰਚਾਰਕ ਨੂੰ ਹੋ ਗਿਆ ਸੀ ਵੀ ਮੈਂ ਤੁਹਾਨੂੰ ਨਾ ਨਵੇਂ ਢੰਗ ਨਾਲ ਜ਼ਿੰਦਗੀ ਜਿਉਣ ਦੇ ਤਰੀਕੇ ਦੱਸਦਾ, ਉਹ ਕਦੇ ਪੱਗਾਂ ਦੇ ਸਟਾਈਲ ਬਦਲਦਾ, ਕਦੇ ਚੋਲੇ ਦੇ ਸਟਾਈਲ ਬਦਲਦਾ, ਕਦੇ ਕਦੇ ਕਿਸੇ ਤਰ੍ਹਾਂ ਕਦੇ ਕਿਸੇ ਤਰ੍ਹਾਂ। ਵੀ ਮੈਨੂੰ ਆਉਂਦਾ ਦੁਨੀਆ ਜੋ ਢੰਗ ਮੈਂ ਸਿੱਖਿਆ ਨਾ, ਅੱਜ ਤੱਕ ਜਿੰਨੇ ਕਥਾਵਾਚਕ ਤੁਹਾਡੀ ਕੌਮ ਦੇ ਹੋਏ ਤੁਹਾਨੂੰ ਹਨੇਰੇ 'ਚ ਰੱਖਿਆ, ਉਹ ਨਹੀਂ ਦੱਸੇ ਨਹੀਂ ਸਕਿਆ ਅਤੇ ਉਹਨੇ ਦੁਨੀਆ ਹਿਲਾਈ। ਵੀ ਮੈਨੂੰ ਪਤਾ ਵੀ ਰੱਬੇ ਰੱਬ ਜਿਹੜਾ ਕੌਣ ਹੈ, ਮੈਂ ਦੱਸ ਸਕਦਾ ਰੱਬ, ਰੱਬ ਤਾਂ ਮੇਰੀ ਤਲੀ 'ਤੇ ਬੈਠਾ। ਔਰ ਤੁਸੀਂ ਲੋਕ ਦੇਖਿਆ ਉਹਦੇ ਮਗਰ ਵੀ ਬੜੇ ਚੱਲੇ, ਫਿਰ ਜਦੋਂ ਜਾ ਕੇ ਗੁਰੂ ਸਾਹਿਬ ਦੇ ਸਰੋਵਰਾਂ 'ਤੇ ਕਿੰਤੂ ਕਰਨ ਲੱਗ ਗਿਆ, ਗੁਰੂ ਸਾਹਿਬ ਦੀ ਬਾਣੀ 'ਤੇ ਕਿੰਤੂ ਕਰਨ ਲੱਗ ਗਿਆ। ਹੱਦ ਤਾਂ ਉਦੋਂ ਹੋ ਗਈ ਜਦੋਂ ਉਹਦੇ ਆਕਾ ਨੇ ਕਿਹਾ ਕਿ ਗੁਰੂ ਹਰ ਰਾਏ ਸਾਹਿਬ ਨੇ ਬਹੁਤ ਵੱਡੀ ਭੁੱਲ ਕੀਤੀ, ਗੁਰੂ ਹਰਕ੍ਰਿਸ਼ਨ ਨੂੰ ਗੱਦੀ 'ਤੇ ਬਿਠਾਇਆ, ਵੀ ਬਹੁਤ ਵੱਡੀ ਭੁੱਲ ਸੀ। ਜਦੋਂ ਆਕਾ ਇੱਦਾਂ ਦੇ ਕਹਿਣ ਲੱਗ ਗਏ ਔਰ ਉਹਨਾਂ ਦੇ ਪੂਰਕ ਬਣ ਗਿਆ, ਫਿਰ ਕੌਮ ਨੂੰ ਸਮਝ ਆਉਣ ਲੱਗੀ ਵੀ ਨਹੀਂ ਨਹੀਂ ਨਹੀਂ, ਆਹ ਜਿਹਨੂੰ ਅਸੀਂ ਹੀਰਾ ਸਮਝਦੇ ਹਾਂ ਇਹ ਤਾਂ ਸਵਾਹ ਹੈ। ਹੁਣ ਲੋਕ ਮੁੜੇ ਇੱਦਾਂ ਦੇ ਬੜੇ ਉੱਠੇ। ਦੇਖੋ ਹਰਨਾਕਸ਼ਪ ਉੱਠਿਆ ਸੀ, ਉਹ ਕਹਿੰਦਾ ਸੀ ਮਹੀਂ ਮੈਂ ਹਾਂ, ਰਾਵਣ ਕਹਿੰਦਾ ਸੀ ਮਹੀਂ ਮੈਂ ਹਾਂ। ਕਿਹਦੀ ਕਿਹਦੀ ਗੱਲ ਕਰੀਏ, ਇਸ ਬ੍ਰਹਿਮੰਡ 'ਚ ਬਹੁਤ ਐਸੀਆਂ ਹਸਤੀਆਂ ਪੈਦਾ ਹੋਈਆਂ ਜਿਨ੍ਹਾਂ ਨੂੰ ਹੰਕਾਰ ਹੋ ਗਿਆ ਸੀ ਆਪਣੇ ਤਪ ਦਾ, ਆਪਣੇ ਜਪ ਦਾ, ਆਪਣੇ ਗਿਆਨ ਦਾ, ਆਪਣੇ ਧਿਆਨ ਦਾ, ਆਪਣੇ ਤਨ ਦਾ, ਆਪਣੇ ਧਨ ਦਾ, ਪਰ ਅਖੀਰ ਉਹ ਖਤਮ ਹੋ ਗਏ। ਇਹ ਵੀ ਉਹਨਾਂ ਵਿੱਚੋਂ ਸੀ, ਇਹਨੂੰ ਬੜਾ ਹੰਕਾਰ ਵੀ ਮੇਰੇ ਬਰਾਬਰ ਕੌਣ। ਜਿਹੜਾ ਵੀ ਕੋਈ ਗਿਆਨੀ ਮਿਲ ਜਾਣਾ ਨਾ ਅੱਗੇ, ਇਹ ਭੱਜ ਕੇ ਉਹਦੇ ਕੋਲ ਜਾਂਦਾ ਸੀ ਅਤੇ ਉਹਦੇ ਨਾਲ ਗੱਲ ਸ਼ੁਰੂ ਕਰਨ ਦੇ ਤਰੀਕੇ ਲੱਭਦਾ ਸੀ ਵੀ ਮੇਰੇ ਨਾਲ ਗਿਆਨ ਦੀ ਚਰਚਾ ਕਰੇ ਅਤੇ ਮੈਂ ਇਹਨੂੰ ਹਰਾਵਾਂ। ਉਹ ਪਿਆਰਿਓ, ਗਿਆਨ ਲੜਨ ਵਾਸਤੇ ਨਹੀਂ ਹੈ, ਆ ਜਿਹੜਾ ਗਿਆਨ ਇਕੱਠਾ ਕਰਦੇ ਲੜਨ ਵਾਸਤੇ ਥੋੜ੍ਹੀ ਨਾ। ਆਪਣੇ ਵਿੱਚ ਵੀ ਬਹੁਤ ਬੰਦਿਆਂ ਦੀ ਆਦਤ ਹੈ, ਗੱਲ ਪਤਾ ਹੁੰਦੀ ਹੈ ਜਦੋਂ ਚਾਰ ਬੰਦੇ ਬੈਠੇ ਹੁੰਦੇ ਨਾ, ਜਾਣ ਕੇ ਗੱਲ ਸ਼ੁਰੂ ਕਰਨਗੇ ਵੀ ਇਹਨੂੰ ਨੀਵਾਂ ਦਿਖਾਈਏ, ਵੀ ਤੁਹਾਨੂੰ ਤਾਂ ਪਤਾ ਹੀ ਨਹੀਂ, ਪਤਾ ਹੀ ਮੈਨੂੰ ਸੀ। ਆਖੋ ਸਤਨਾਮ। ਗਿਆਨ ਇਹਨਾਂ ਕੰਮਾਂ ਵਾਸਤੇ ਥੋੜ੍ਹੀ ਨਾ, ਇਹ ਗਿਆਨ ਦਾ ਦੀਵਾ ਜਗਾ ਕੇ ਅੰਦਰ ਦਾ ਹਨੇਰਾ ਖਤਮ ਕਰਨਾ, ਗਿਆਨ ਦਾ ਦੀਵਾ ਜਗਾ ਕੇ ਹਨੇਰਾ ਖਤਮ ਕਰਨਾ। ਗੁਰੂ ਕੇ ਸਵਾਰਿਓ, ਗੁਰੂ ਕੇ ਪਿਆਰਿਓ, ਗਿਆਨ ਹੈ ਕਿਸ ਵਾਸਤੇ? ਫਿਰ ਮਹਾਰਾਜ ਦੱਸਦੇ, ਮਨ ਸਮਝਾਵਣ ਕਾਰਨੇ, ਮਨ ਸਮਝਾਵਣ ਕਾਰਨੇ, ਮਨ ਸਮ ਕਰੋ ਕਿਰਪਾ ਸਾਰੇ ਕੋਲ, ਮਨ ਸਮਝਾਵਣ ਕਾਰਨੇ, ਮਨ ਨੂੰ ਸਮਝਾਉਣ ਵਾਸਤੇ ਫਿਰ ਕਿੰਨੇ ਕੁ ਦੀ ਲੋੜ ਹੈ? ਕਛੂਅਕ ਪੜੀਐ ਗਿਆਨ, ਕਛੂਅਕ ਪੜੀਐ ਗਿਆਨ, ਕਛੂਅਕ ਪੜੀਐ ਗਿਆਨ, ਕਛੂਅਕ ਪੜੀਐ ਗਿਆਨ। ਬੜਾ ਡੰਬਰ ਖੇਲਿਆ, ਗਿਆਨ ਗੁਰੂ ਗਿਆਨ ਗੁਰੂ, ਇਹਦੇ ਹੀ ਰੌਲਾ ਪਾ ਰੱਖਿਆ ਵੀ ਗੁਰੂ ਨਹੀਂ ਕੋਈ, ਗਿਆਨੀ ਗੁਰੂ ਹੈ। ਜਿਸ ਗੁਰੂ ਤੋਂ ਆਇਆ ਉਹਨੂੰ ਭੁੱਲੇ ਗਏ, ਉਹ ਕੁਝ ਵੀ ਨਹੀਂ ਕਹਿੰਦੇ, ਉਹ ਆਮ ਸਰੀਰ 'ਤੇ, ਬਸ ਉਹ ਆਮ ਸਰੀਰ 'ਤੇ ਇਹਨਾਂ ਦੇ ਖਾਸ ਹੋ ਗਏ। ਸੱਤਰ ਸੱਤਰ ਹਜ਼ਾਰ ਦੇ ਬੂਟ ਪਾਉਣੇ, ਸੱਤਰ ਸੱਤਰ ਹਜ਼ਾਰ ਦੀਆਂ ਹੱਥ ਦੇ ਵਿੱਚ ਮਹਿੰਗੀਆਂ ਸੋਟੀਆਂ ਫੜਨੀਆਂ, ਡੇਢ ਡੇਢ ਦੋ ਦੋ ਲੱਖ ਦੀਆਂ, ਅਤੇ ਇਹਨਾਂ ਦੇ ਸਰੀਰ ਖਾਸ ਗੁਰੂਆਂ ਦੇ ਆਮ। ਪਿਆਰਿਓ, ਇਹ ਉਸ ਬੁੱਧੀ ਦਾ ਨਤੀਜਾ ਜਿਹੜੀ ਬੁੱਧੀ ਗੁਰੂ ਤੋਂ ਸ਼ਰਧਾਹੀਣ ਹੋ ਗਈ। ਰੱਬ ਨਾ ਕਰੇ ਕਿਸੇ ਸਿੱਖ ਦਾ ਗੁਰੂ ਤੋਂ ਭਰੋਸਾ ਟੁੱਟ ਜੇ। ਉਹ ਸਿੱਖ ਨੂੰ, ਜਿਸ ਸਿੱਖ ਦਾ ਭਰੋਸਾ ਗੁਰੂ ਤੋਂ ਟੁੱਟ ਗਿਆ ਨਾ, ਸਭ ਤੋਂ ਵੱਡਾ ਨਰਕ ਉਹਦੇ ਵਾਸਤੇ ਇਹ ਜ਼ਿੰਦਗੀ ਹੈ। ਫਿਰ ਜਿਸ ਸਿੱਖ ਦਾ ਭਰੋਸਾ ਟੁੱਟ ਗਿਆ, ਲਓ ਗੁਰੂ ਕਿਸ ਵਾਰਿਓ। ਇਹ ਵੀ ਇੱਦਾਂ ਦਾ ਹੀ ਸੀ, ਇਹਨੂੰ ਬੜਾ ਹੰਕਾਰ। ਜਿਹੜਾ ਕੋਈ ਗਿਆਨੀ ਸੱਜਣ ਮਿਲਣਾ, ਇਹ ਮੇਰੇ ਨਾਲ ਲੜੇ ਅਤੇ ਮੈਂ ਇਸ ਨੂੰ ਹਰਾ ਦਿਆਂ ਅਤੇ ਇਹ ਤੋਂ ਜਿੱਤ ਦੇ ਜਿੱਤ ਹਾਸਲ ਕਰਕੇ ਜਿੱਤ ਦਾ ਡੰਕਾ ਵਜਾ ਦਿਆਂ, ਇਹਦੇ ਮਨ ਵਿੱਚ ਇਹੀ ਰਹਿੰਦਾ ਸੀ ਕਿ ਕੋਈ ਮਿਲੇ ਅਤੇ ਮੈਂ ਉਹਨੂੰ ਹਰਾਵਾਂ। ਆਪਣੇ ਗਿਆਨ ਨੂੰ ਲੋਕਾਂ ਤੱਕ ਸੁਣਾਉਂਦਾ ਸੀ ਜੀ। ਵਿਜੈ ਕਰੇ ਬਹੁਮਾਨ ਘਟਾਵਹਿ,
ਵਿਦਿਆ ਬਲ ਤੇ ਮਦ ਉਪਜਾਵਾਂ। ਉਹਨੂੰ ਹਰਾ ਦਿੰਦਾ ਸੀ, ਆਪ ਜਿੱਤ ਜਾਂਦਾ ਸੀ, ਆਪਣਾ ਬਲ ਦਿਖਾਉਂਦਾ ਸੀ, ਉਹਦੀ ਸ਼ੋਭਾ ਹੀਣ ਕਰਦਾ ਸੀ ਜੀ। ਸਹਿਜ ਸੁਭਾ ਇੱਕ ਸੋ ਤਹ ਜਾਏ ਜਹ ਸਤਿਗੁਰ ਡੇਰੋ ਉਤਰਾਏ। ਇਹ ਪੰਡਿਤ ਵੀ ਉੱਥੇ ਆ ਗਿਆ ਜਿੱਥੇ ਸਿੱਖ ਵਿਚਰ ਰਹੇ ਸੀ। ਸਹਿਜ ਸੁਭਾ ਹੋ ਗਿਆ ਜੀ, ਇਹ ਕੁਝ ਸਹਿਜ ਸੁਭਾ, ਇਹ ਕੁਝ ਜਾਣ ਕੇ ਨਹੀਂ ਸੀ ਆਇਆ। ਜਦੋਂ ਸਿੱਖ ਉੱਥੇ ਵਿਚਰ ਰਹੇ ਸੀ, ਇਹਦਾ ਵੀ ਉੱਥੇ ਆਉਣਾ ਹੋਇਆ ਹੈ ਜੀ। ਇੱਕ ਸਿੱਖ ਸੋ ਤਬ ਬੂਜਨ ਲਾਗਾ, ਉਤਰਿਓ ਆਨ ਕੌਣ ਇਸ ਜਾਗਾ। ਇੱਕ ਸਿੱਖ ਨੂੰ ਪੁੱਛਣ ਲੱਗਿਆ ਵੀ ਭਾਈ ਇੱਥੇ ਬੜੀ ਭੀੜ ਹੈ, ਬੜੇ ਤੰਬੂ ਤੁਸੀਂ ਲਾਏ ਹੈ, ਇੱਥੇ ਕੌਣ ਉਤਰਿਆ ਹੈ? ਕੋਈ ਰਾਜਾ ਹੈ, ਕੋਈ ਪਾਤਸ਼ਾਹ ਹੈ? ਇਉਂ ਇਹਨੇ ਸਵਾਲ ਕੀਤਾ ਹੈ ਜੀ। ਕਿਸ ਥਲ ਤੇ ਆਇਓ, ਕਿਤ ਦਾ ਜਾਤ, ਕੌਣ ਨਾਮ ਹੈ, ਕਹੋ ਸਭ ਬਾਤ। ਇਹ ਪੁੱਛ ਰਿਹਾ ਵੀ ਇੰਨੇ ਤੰਬੂ ਲੱਗੇ ਹੈ, ਕਿੰਨੀ ਸੰਗਤ ਘੁੰਮ ਰਹੀ, ਕਿੰਨੇ ਮਸੰਦ ਘੁੰਮ ਰਹੇ, ਕੌਣ ਆਇਆ, ਕੀ ਨਾਮ ਹੈ, ਕਿੱਥੋਂ ਆਏ ਹੈ ਤੇ ਕਿੱਥੇ ਜਾ ਰਹੇ ਹਨ ਜੀ? ਕਹਿਓ ਸਿੱਖ ਨੇ ਸਤਿਗੁਰ ਆਹਾ, ਸ਼੍ਰੀ ਹਰਿ ਕ੍ਰਿਸ਼ਨ ਨਾਮ ਜਗ ਕਹਾ। ਉਹ ਸਿੱਖ ਹੱਥ ਜੋੜ ਕੇ ਕਹਿਣ ਲੱਗਿਆ, ਹਾਂ ਇੱਥੇ ਤਿੰਨਾਂ ਲੋਕਾਂ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ ਮਹਾਰਾਜ ਆਏ। ਆਖੋ ਸਤਨਾਮ ਸ਼੍ਰੀ ਵਾਹ। ਇਹ ਖਾਸ ਨਾਮ ਹੈ, ਜਮਦੂਤਾਂ ਤੋਂ ਛੁਡਾਉਂਦਾ, ਬਿਮਾਰੀਆਂ ਰੋਗਾਂ ਤੋਂ ਛੁਡਾਉਂਦਾ। ਇੱਥੇ ਗੁਰੂ ਹਰਿ ਕ੍ਰਿਸ਼ਨ ਮਹਾਰਾਜ ਉਤਰੇ ਹੋਏ ਹਨ। ਉਸ ਨੇ ਦੱਸਿਆ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਆਉਣਾ ਹੋਇਆ ਹੈ ਜੀ। ਸ਼੍ਰੀ ਨਾਨਕ ਗਾਦੀ ਪਰਥਿਤ ਹਾਂ, ਹਰ ਅਵਤਰੇ ਸੁਬਤ ਸਮਚਿਤ ਹਾਂ। ਇਹ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਉੱਤੇ ਅੱਠਵੀਂ ਜਗ੍ਹਾ ਬੈਠੇ ਹਨ, ਔਰ ਇਹ ਬਹੁਤ ਹਰੀ ਦੇ ਨਾਲ ਮਿਲੇ ਹੋਏ ਨੇ। ਹਰੀ ਵਰਗਾ ਇਹਨਾਂ ਦਾ ਸੁਭਾਅ ਆ, ਤੇ ਹਰੀ ਵਰਗਾ ਇਹਨਾਂ ਦੇ ਦਰਸ਼ਨਾਂ ਦਾ ਫਲ ਹੈ ਜੀ। ਸੁਣ ਸਹਿ ਸਕਿਓ ਨਾ ਖੁਣਸਿਓ ਮਾਨੇ, ਮਦ ਸੋ ਅੰਧਾ ਬੁੱਧ ਹੈਰਾਨੇ। ਹੰਕਾਰੀ ਬੰਦੇ ਦੀ ਇੱਕ ਨਿਸ਼ਾਨੀ ਹੁੰਦੀ ਹੈ, ਉਹ ਦੂਜੇ ਬੰਦੇ ਦੀ ਮਹਿਮਾ ਨਹੀਂ ਜਰ ਸਕਦਾ। ਆਖੋ ਸਤਨਾਮ ਵਾਹ। ਉਹ ਜੇ ਕਿਸੇ ਦੂਜੇ ਦਾ ਮਾਣ ਹੋਵੇ ਨਾ, ਹੰਕਾਰੀ ਬੰਦਾ ਕਹਿੰਦਾ ਵੀ ਮੇਰਾ ਕਿਉਂ ਨਹੀਂ ਹੋਇਆ, ਮਨ ਨਹੀਂ ਮਿਟਾਉਂਦਾ ਆਪਣਾ, ਉਹ ਦੇਖਦਾ ਵੀ ਇਹਦਾ ਕਿਉਂ ਹੋ ਗਿਆ। ਦੁਖੀ ਇਸ ਕਰਕੇ ਨਹੀਂ ਹੁੰਦਾ ਵੀ ਮੇਰਾ ਨਹੀਂ ਹੋਇਆ, ਇਹਦਾ ਨਹੀਂ ਸੀ ਹੋਣਾ ਚਾਹੀਦਾ, ਇਸੇ ਕਰਕੇ। ਖੈਰ ਆਓ, ਸਮਾਂ ਨਹੀਂ। ਹੁਣ ਬੜਾ ਗੁੱਸੇ ਵਿੱਚ ਆਇਆ ਅੰਦਰ, ਤੇ ਈਰਖਾ ਵਿੱਚ ਆ ਕੇ ਇਸਨੇ ਇਉਂ ਬਚਨ ਆਖੇ ਹਨ ਜੀ। ਕਹਿ ਦਿਜ ਭੇ ਸ਼੍ਰੀ ਕ੍ਰਿਸ਼ਨ ਮਹਾਨੇ, ਧਰ ਅਵਤਰੇ ਸਰਬ ਜਗ ਜਾਣੇ। ਹਰਿ ਕ੍ਰਿਸ਼ਨ, ਉਹ ਕਹਿੰਦਾ ਹਾਂ ਸਤਿਗੁਰੂ ਹਰਿ ਕ੍ਰਿਸ਼ਨ, ਕਹਿੰਦੇ ਇੱਕ ਕ੍ਰਿਸ਼ਨ ਜੀ ਅਵਤਾਰ ਆਏ ਹੈ, ਉਹਨਾਂ ਨੂੰ ਸਾਰੇ ਜੱਗ ਜਾਣਦਾ ਹੈ, ਮਹਾਨ ਅਵਤਾਰ ਆਏ ਹਨ ਤੇ ਜੱਗ ਦੇ ਵਿੱਚ ਉਹਨਾਂ ਦੀ ਬੜੀ ਮਹਿਮਾ ਹੈ ਜੀ। ਤਿੰਨ ਤੇ ਭੀ ਨਿਜ ਨਾਮ ਵਡੇਰਾ, ਸ਼੍ਰੀ ਹਰਿ ਕ੍ਰਿਸ਼ਨ ਰਖਾਏ ਬਿਖੇਰਾ। ਉਸ ਕ੍ਰਿਸ਼ਨ ਨੂੰ ਤਾਂ ਸਾਰੇ ਸੰਸਾਰ ਜਾਣਦੇ ਜਿਹੜੇ ਦੁਆਪਰ ਵਿੱਚ ਆਏ, ਤੇ ਉਹਨਾਂ ਨਾਲੋਂ ਵੀ ਵੱਡਾ ਨਾਮ ਰਖਾਇਆ ਹੋਇਆ, ਹਰੀ ਵੀ ਤੇ ਕ੍ਰਿਸ਼ਨ ਵੀ, ਦੋ ਵਾਰ ਅਰਥ ਇੱਕੋ ਹੀ ਇਹਨਾਂ ਦੇ। ਕ੍ਰਿਸ਼ ਕਰਨ ਵਾਲਾ, ਖਿੱਚਣ ਵਾਲਾ, ਕ੍ਰਿਸ਼ਨ ਦਾ ਅਰਥ ਹੁੰਦਾ ਜੋ ਖਿੱਚਣ ਵਾਲਾ, ਆਪਣੇ ਵੱਲ ਕ੍ਰਿਸ਼ ਕਰਕੇ ਰੱਖਦਾ। ਹਰੀ ਵੀ ਤੇ ਕ੍ਰਿਸ਼ਨ ਵੀ, ਸ਼੍ਰੀ ਕ੍ਰਿਸ਼ਨ ਜੀ ਜੋ ਦੁਆਪਰ ਦੇ ਵਿੱਚ ਹੋਏ, ਯਾਦਵਾਂ ਦੀ ਕੁੱਲ ਵਿੱਚ ਆਏ, ਉਹਨਾਂ ਨਾਲੋਂ ਵੀ ਵੱਡਾ ਨਾਮ ਧਰਾਇਆ ਹੈ ਜੀ। ਤਿੰਨਹੋਂ ਕਰੀ ਗੀਤਾ ਸੁਭ ਗ੍ਰੰਥ, ਜਿਹ ਪਠ ਸੁਨ ਨਰ ਚਲ ਹੈ ਸੁਪੰਥ। ਮੈਨੂੰ ਸਮਝ ਨਹੀਂ ਆਉਂਦੀ ਤੁਹਾਡੇ ਗੁਰੂ ਨੇ ਐਡਾ ਵੱਡਾ ਨਾਮ ਆਪਣਾ ਕਿਉਂ ਰੱਖਿਆ, ਕ੍ਰਿਸ਼ਨ ਜੀ ਦੇ ਬਰਾਬਰ ਦਾ, ਉਹਨਾਂ ਤੋਂ ਵੀ ਵੱਡਾ। ਸ਼੍ਰੀ ਕ੍ਰਿਸ਼ਨ ਜੀ ਨੇ ਤਾਂ ਬਹੁਤ ਪਿਆਰਾ ਇੱਕ ਗ੍ਰੰਥ, ਸਤਿਕਾਰਯੋਗ ਨੇ ਅਨ ਧਰਮ ਦੇ ਗ੍ਰੰਥ, ਕਿਉਂਕਿ ਭਾਰੇ ਝੂਠੇ ਇਹ ਨਹੀਂ, ਝੂਠੇ ਉਹ ਜਿਹੜੇ ਵਿਚਾਰਦੇ ਨੇ, ਪੜ੍ਹਦੇ ਨੇ। ਹੁਣ ਉਹ ਕਹਿਣ ਲੱਗੇ ਜਿਹੜੇ ਗੁਰੂ ਕੇ ਪਿਆਰੇ ਸਿੱਖ ਆ, ਉਹ ਕਹਿਣ ਲੱਗੇ ਗੁਰੂ ਹਰਿ ਕ੍ਰਿਸ਼ਨ ਜੀ ਹੈ। ਕਹਿਣ ਲੱਗੇ ਮਹਾਰਾਜ ਤੋਂ ਵੀ ਵੱਡਾ ਕੋਈ, ਉਹ ਕ੍ਰਿਸ਼ਨ ਤੋਂ ਵੀ ਵੱਡਾ, ਉਹਨੇ ਤਾਂ ਬਹੁਤ ਪਿਆਰਾ ਗ੍ਰੰਥ ਗੀਤਾ ਲਿਖਿਆ, ਜੋ ਗੀਤਾ ਸਾਰ ਅਰਜੁਨ ਨੂੰ ਦਿੱਤਾ ਚੱਲਦੇ ਜੰਗ ਦੇ ਵਿੱਚ, ਔਰ ਜੱਗ ਜਾਣਦਾ ਉਸ ਗੀਤਾ ਨੂੰ ਪੜ੍ਹ ਸੁਣ ਕੇ ਕਿੰਨੇ ਮੁਕਤ ਹੋਏ ਹਨ ਜੀ। ਤੇ ਸਲੋਕ ਕਾ ਅਰਥ ਮਹਾਨੇ, ਇਨ ਤੇ ਸੋਪੇ ਨਾ ਜਾਹੇ ਬਖਾਨੇ। ਐਸਾ ਗ੍ਰੰਥ ਲਿਖਿਆ, ਐਸਾ ਗੀਤਾ ਦਾ ਗ੍ਰੰਥ ਲਿਖਿਆ, ਜਿਹਦੇ ਸ਼ਲੋਕ ਬਾ ਕਮਾਲ, ਤੁਸੀਂ ਆਪਣੇ ਗੁਰੂ ਤੋਂ, ਆਪਣੇ ਗੁਰੂ ਨੂੰ ਤੁਸੀਂ ਵੱਡਾ ਕਹਿੰਦੇ ਹੋ, ਤੁਹਾਡਾ ਗੁਰੂ ਤਾਂ ਉਹਦੇ ਅਰਥ ਵੀ ਨਹੀਂ ਕਰ ਸਕਦਾ। ਆਖੋ ਸਤਨਾਮ ਵਾਹ। ਇਹ ਤੋਂ ਤਾਂ ਅਰਥ ਵੀ ਨਹੀਂ ਹੋਣੇ, ਨਾਮ ਬੇਸ਼ੱਕ ਹੀ ਨਹੀਂ ਕ੍ਰਿਸ਼ਨ ਜੀ ਤੋਂ ਵਡੇਰਾ ਰੱਖਿਆ, ਪਰ ਇਸ ਤੋਂ ਅਰਥ ਵੀ ਨਹੀਂ ਹੋਣੇ, ਇਹ ਮੈਂ ਜਾਣਦਾ। ਸਤਸੰਗਤ, ਇਹ ਉਹਨੇ ਸ਼ਬਦ ਕਿਉਂ ਵਰਤੇ?
ਉਹ ਚਾਹੁੰਦਾ ਸੀ ਵੀ ਮੈਂ ਨੇੜੇ ਹੋ ਕੇ ਡਿਬੇਟ ਸ਼ੁਰੂ ਕਰਾਂ, ਮੈਂ ਨੇੜੇ ਹੋ ਕੇ ਸਲਾਹ ਗੁਰੂ ਸਾਹਿਬ ਦੇ ਨਾਲ ਬੈਠ ਕੇ ਤਰਕ ਵਿਤਰਕ ਕਰਾਂ। ਉਹ ਇੱਦਾਂ ਦੇ ਸ਼ਬਦ ਉਹ ਤਾਂ ਵਰਤ ਰਿਹਾ, ਪਰ ਇਹ ਨਹੀਂ ਸੀ ਜਾਣਦਾ ਵੀ ਪਿੱਛੇ ਕੀ ਚੱਲ ਰਿਹਾ ਸੀ, ਪਿੱਛੇ ਕਿਵੇਂ ਕਿਸਮਤ ਬਦਲੀ ਜਾਂਦੀ ਹੈ ਗੁਰੂ ਦੇ ਦਰਬਾਰ ਤੇ। ਲਿਓ ਪਿਆਰਿਓ, ਹੁਣ ਜਦੋਂ ਇਹਨੇ ਇਉਂ ਆਖਿਆ ਹੈ ਜੀ, ਨਾਮ ਧਰਾਵਨ ਅਹੈ ਸੁਖੈਨ ਤਿਨਕੇ ਗੁਣ ਸਭ ਕਿਸਮ ਹੈ ਨਾ। ਉਹ ਨਾਮ ਰਖਾਉਣਾ ਸੌਖਾ, ਕ੍ਰਿਸ਼ਨ ਜੀ ਵਰਗਾ, ਕ੍ਰਿਸ਼ਨ ਜੀ ਵਰਗੇ ਗੁਣ ਨਹੀਂ ਹੋਣੇ ਤੁਹਾਡੇ ਗੁਰੂ ਵਿੱਚ। ਆਖੋ ਸਤਨਾਮ ਵਾਹ, ਗੁਰ ਕੀ ਨਿੰਦਾ ਸੁਣੇ ਨਾ ਕਾਨ, ਨਹੀਂ ਸੁਣ ਸਕਦੇ। ਲੋ ਗੁਰੂ ਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ। ਭਾਈ ਗੁਰਦਾਸ ਸਾਹਿਬ ਲਿਖਦੇ ਹੈ, ਕਹਿੰਦੇ ਸਤਿਗੁਰ ਦਿਆਲ ਕੀ ਦਿਆ ਨਾਨ ਦੇਵ ਮੈਂ, ਖੰਡ ਬ੍ਰਹਿਮੰਡ ਉਦੈ ਅਸਤ ਲਓ ਧਾਈਐ। ਜਿੱਦਾਂ ਦੀ ਦਇਆ ਗੁਰੂ ਕਰ ਸਕਦਾ ਕੋਈ ਅਵਤਾਰ ਵੀ ਨਹੀਂ ਕਰ ਸਕਦਾ, ਕੋਈ ਅਵਤਾਰ ਵੀ ਐਸੀ ਦਇਆ ਨਹੀਂ ਕਰ ਸਕਦਾ ਜਿੱਦਾਂ ਦੀ ਗੁਰੂ ਕਰ ਸਕਦਾ। ਗੁਰ ਜੈਸਾ ਨਾਹੀ ਕੋ ਦੇਵ। ਹੁਣ ਜਦ ਸਿੱਖ ਨੇ ਸੁਣਿਆ ਕਿ ਕਿਸੇ ਕਿਸ ਤਰ੍ਹਾਂ ਸ਼ਰਧਾ ਪੂਰਵਕ ਅਸ਼ਰਧਾ ਦੇ ਵਿੱਚ ਆ ਕੇ ਇਹਨੇ ਬਚਨ ਕੀਤੇ ਹਨ, ਉਹਦੇ ਹਿਰਦੇ ਨੂੰ ਚੀਰ ਦੇ ਗਏ ਹਨ ਜੀ। ਜੈਸਾ ਰਥ ਇਹ ਨਾਮ ਧਰਾਵਹੁ, ਕਰ ਗੀਤਾ ਕੇ ਅਰਥ ਸੁਣਾਵਹੁ। ਤੇ ਹੁਣ ਅਗਲੀ ਗੱਲ ਉਹਨੇ ਬਾਕਮਾਲ ਕਹਿ ਦਿੱਤੀ, ਕਹਿੰਦਾ ਵੀ ਜੇ ਇਹ ਨਾਮ ਰਖਾਇਆ ਹੋਇਆ ਇੱਕ ਵਾਰ ਗੀਤਾ ਦੇ ਅਰਥ ਹੀ ਕਰਕੇ ਦਿਖਾ ਦੇਵੇ ਹਰਿਕ੍ਰਿਸ਼ਨ ਜੀ ਮਹਾਰਾਜ ਸਤਿਗੁਰੂ ਨੂੰ, ਵੀ ਇੱਕ ਵਾਰ ਇਹ ਅਰਥ ਹੀ ਕਰਕੇ ਦਿਖਾ ਦੇਵੇ ਮੈਂ ਮੰਨ ਲਵਾਂਗਾ। ਉਹ ਕਹਿੰਦਾ ਵੀ ਮੈਂ ਮੰਨਦਾ ਵੀ ਇਹ ਤੋਂ ਅਰਥ ਨਹੀਂ ਹੋਣੇ। ਕਿੱਡੇ ਤਿੱਖੇ ਬਚਨ ਕਹਿ ਰਿਹਾ ਮਹਾਰਾਜ ਜੀ ਵਾਸਤੇ। ਪਿਆਰਿਓ, ਬੜੇ ਸ਼ਰਧਾ ਪੂਰਵਕ ਬਚਨ ਉਹਨੇ ਮਹਾਰਾਜ ਲਈ ਕਹੇ ਹਨ। ਉਹ ਸਿੱਖ ਸੁਣ ਰਿਹਾ ਹੈ ਅਤੇ ਉਹਦੇ ਵੱਲੋਂ ਬੋਲੀ ਹੋਈ ਬਾਣੀ ਨੂੰ, ਅਤੇ ਉਹ ਮਜਬੂਰ ਕਰ ਰਿਹਾ ਸਿੱਖ ਨੂੰ ਵੀ ਉਹ ਗੁਰੂ ਜੀ ਕੋਲ ਜਾ ਕੇ ਇਹਦਾ ਮੇਲ ਕਰਾ ਦੇਵੇ। ਲੋਕ ਕਿਵੇਂ ਮੇਲ ਹੁੰਦਾ, ਕਿਵੇਂ ਵਿਚਾਰਾਂ, ਬੜੀ ਆਨੰਦਮਈ ਸਾਖੀ ਹੈ। ਜਿਹੜੀਆਂ ਸੰਗਤਾਂ ਲਾਈਵ ਸੁਣਦੀਆਂ, ਰੋਜ਼ਾਨਾ ਸੁਣਦੀਆਂ, ਉਹ ਬਹੁਤ ਧੰਨ ਭਾਗੀ ਹਨ। ਅਤੇ ਤੁਸੀਂ ਸੁਣਿਆ, ਤੁਸੀਂ ਵੀ ਸਮਾਂ ਨਾ ਖੁੰਝਾਇਓ, ਸਾਰੇ ਸਮੇਂ ਸਿਰ ਪਹੁੰਚ ਕੇ ਸੁਣਨਾ, ਬੜਾ ਸੁੱਖ ਦੇਣ ਵਾਲੀ ਸਾਖੀ ਹੈ, ਮਨ ਨੂੰ ਧੀਰਜ ਦੇਣ ਵਾਲੀ ਸਾਖੀ ਹੈ, ਹਉਮੈ ਨੂੰ ਮੁਕਾਉਣ ਵਾਲੀ ਸਾਖੀ ਹੈ। ਗੁਰੂ ਕਿਰਪਾ ਕਰੇ। ਆਪ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਸਿੰਘ ਸਾਹਿਬ ਜੀ ਦਾ ਧੰਨਵਾਦ, ਗਿਆਨੀ ਜੀ ਰਣਜੀਤ ਸਿੰਘ ਜੀ ਗੋਹਰੇ ਮਸ਼ਕੀਨ ਸਾਹਿਬ, ਔਰ ਨਾਲ ਹੀ ਇਸ ਅਸਥਾਨ ਦੇ ਮੁੱਖ ਸੇਵਾਦਾਰ ਜਿਨ੍ਹਾਂ ਨੇ ਮਹਾਨ ਪਰ ਉਪਕਾਰ ਕੀਤੇ, ਮਹਾਨ ਵੱਡੀਆਂ ਵਡਿਆਈਆਂ। ਪਿਆਰਿਓ, ਪਟਨਾ ਸਾਹਿਬ ਜਿਹੜੀਆਂ ਸੰਗਤਾਂ ਅੱਜ ਤੋਂ 15 ਸਾਲ ਪਹਿਲਾਂ ਆਈਆਂ ਸੀ, ਦੇਖਿਆ ਹੀ ਹੋਣਾ, ਪਹਿਲਾਂ 2-3 ਬੰਦੇ ਚਲਾਉਂਦੇ ਸੀ ਗੁਰਦੁਆਰੇ ਨੂੰ, ਪਰ ਜਦੋਂ ਦੀ ਇਹ ਕਮੇਟੀਆਂ ਆਈਆਂ ਨਾ ਨਵੀਆਂ, ਆ ਤੁਸੀਂ ਦੇਖੋ ਰੌਣਕਾਂ ਲੱਗ ਗਈਆਂ। ਕਿਉਂ? ਕਿਉਂਕਿ ਹੁਣ ਕਮੇਟੀ ਨਹੀਂ ਚਲਾਉਂਦੀ, ਹੁਣ ਗੁਰੂ ਕੀ ਸੰਗਤ ਚਲਾਉਂਦੀ ਹੈ ਇਸ ਤਖ਼ਤ ਸਾਹਿਬ ਦੇ ਪ੍ਰਬੰਧ ਨੂੰ। ਜਿਵੇਂ ਸੰਗਤ ਕਹਿੰਦੀ ਉਵੇਂ ਕੰਮ ਹੋ ਰਿਹਾ। ਸੋ ਐਸੇ ਮਹਾਨ ਪਰ ਉਪਕਾਰੀ ਬੇਅੰਤ ਬਖਸ਼ਿਸ਼ਾਂ ਸਨਮਾਨੇ ਬਲਵੀਰੇ ਜਥੇਦਾਰ ਅਵਤਾਰ ਸਿੰਘ ਜੀ ਹਿੱਤ, ਔਰ ਗੁਰੂ ਕੇ ਵਜ਼ੀਰ ਸਭਨਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਮਾਂ ਬਖਸ਼ਿਸ਼ ਕੀਤਾ। ਆਓ, ਇੱਥੇ ਮੇਰੇ ਵੱਲੋਂ ਸਮਾਪਤੀ ਹੈ। ਬੜੀਆਂ ਸੰਗਤਾਂ ਦੂਰੋਂ ਦੂਰੋਂ ਪਹੁੰਚੀਆਂ ਸਿੰਘ ਸ਼ਹੀਦਾਂ ਦੇ ਗੁਰਦੁਆਰਾ ਸਾਹਿਬ, ਬਾਬਾ ਦੀਪ ਸਿੰਘ ਜੀ ਸੋਲਖੀਆਂ ਸਾਹਿਬ ਤੋਂ, ਬੀਬਾ ਕਮਲਦੀਪ ਕੌਰ ਜੀ, ਉਹਨਾਂ ਦੇ ਵੀ ਸਨਮਾਨੇ ਬਲਵੀਰੇ ਪ੍ਰਬੰਧਕ ਪਹੁੰਚੇ ਜੀ ਆਇਆਂ ਨੂੰ। ਸੰਗਤਾਂ ਨੂੰ ਬੇਨਤੀ, ਸੇਵਾ ਜ਼ਰੂਰ ਕਰਿਆ ਕਰੋ, ਜਦੋਂ ਆਉਂਦੇ ਹੋ ਸੇਵਾ ਦਾ ਸਮਾਂ ਜ਼ਰੂਰ ਬਣਾਇਆ ਕਰੋ। ਇਹ ਪਿਤਾ ਜੀ ਦਾ ਵਿਹੜਾ ਹੈ, ਇਹਨੂੰ ਰਲ ਮਿਲ ਕੇ ਸਫਾਈ ਕਰੋ, ਧੋ, ਇੱਥੇ ਇਕੱਠੇ ਹੋ ਕੇ ਪੋਚਾ ਲਾਵੋ, ਝਾੜੂ ਲਾਵੋ। ਇੱਥੇ ਮਹਾਰਾਜ ਖੇਡਦੇ ਰਹੇ ਨੇ, ਗਲੀਆਂ ਵਿੱਚ ਗੁਰੂ ਸਾਹਿਬ ਜੀ ਆਨੰਦ ਵਰਸਾਉਂਦੇ ਰਹੇ ਨੇ। ਮਹਾਰਾਜ ਕਿਰਪਾ ਕਰਨ, ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੇ। ਆਓ, ਅਖੀਰਲੀਆਂ ਪੰਕਤੀਆਂ ਅਦਬ ਸਹਿਤ ਸ਼ਰਵਣ ਕਰੋ ਜੀ। ਇਹ ਸਲੋਕ ਕਾ ਅਰਥ ਮਹਾਨੇ, ਇਨ ਤੇ ਸੋ ਪੇ ਨਾ ਜਾਹੇ ਬਖਾਨੇ, ਨਾਮ ਧਰਾਵਨ ਅਹੈ ਸੁਖੈਨਾ, ਤਿਨਕੇ ਗੁਣ ਸੁਭ ਕਿਸਮ ਹੈ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਰੁਣਾ ਨਿਧਾਨ ਸਮਰੱਥ ਸ਼੍ਰੀ ਧਰ ਸ਼ਬਦ ਬ੍ਰਹਮ ਸਤਿਗੁਰੂ ਵਾਲੇ ਕੁੱਲ ਆਲਮ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਆਪ ਜੀ ਦੇ ਸੇਵਾਦਾਰਾਂ ਵੱਲੋਂ ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ, ਆਪ ਜੀ ਦੇ ਮਹਾਨ ਇਤਿਹਾਸ ਦੀ ਵਿਚਾਰ ਸੰਗਤ 'ਚ ਬੈਠ ਕੇ ਕੀਤੀ। ਮਹਾਰਾਜ ਜੀ, ਬੇਅੰਤ ਭੁੱਲਾਂ ਖਿਮਾ ਕਰਨੀਆਂ, ਪੜ੍ਹਿਆ ਸੁਣਿਆ ਗਿਆਨ ਥਾਂਏ ਪਾਉਣਾ, ਆਪਣੇ ਦਰ ਦੀ ਸੇਵਾ ਲਾਉਣਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਸਤਨਾਮ ਸਤਨਾਮ।